ਸਿੰਧ ਮਸੰਦ ਆਨੰਦ ਉਰ ਲਿਆਏ ਬਿਲੰਦ ਅਕੂਰ। ਬਹੁਤ ਸਾਰੇ ਮਸੰਦ ਬੜੇ ਆਨੰਦ ਪ੍ਰਸੰਨ ਹੋ ਕੇ ਮਹਾਰਾਜ ਵਾਸਤੇ ਵਧੀਆ ਵਧੀਆ ਪ੍ਰੇਮ ਭੇਟਾਵਾਂ, ਚੰਗੇ ਸ਼ਸਤਰ ਬਸਤਰ ਘੋੜੇ ਮਾਇਆ ਆਦਿਕ ਪਦਾਰਥ ਲੈ ਕੇ ਆਏ ਹਨ। ਆਨਥ ਰੇ ਗੁਰ ਅਗਰ ਸਭ ਬੰਧਤ ਹੈ ਕਰ ਜੋਰ। ਸਭ ਮਸੰਦ ਸੰਗਤਾਂ ਨੂੰ ਲੈ ਕੇ ਗੁਰੂ ਮਹਾਰਾਜ ਦੇ ਸਨਮੁਖ ਹਾਜ਼ਰ ਹੋਏ ਨੇ। ਹੱਥ ਜੋੜ ਕੇ ਸੰਗਤਾਂ ਸਮੇਤ ਗੁਰੂ ਚਰਨਾਂ ਤੇ ਮੱਥਾ ਟੇਕਦੇ ਹਨ। ਬ੍ਰਿਧ ਕੇ ਘਰ ਕੀ ਸੂਖਮ ਚਾਰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਦਸਤਾਰ ਆਈ ਹੈ। ਭਾਈ ਸਾਹਿਬ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ, ਜਿਨ੍ਹਾਂ ਦੀ ਉਮਰ ਅਜੇ ਬਹੁਤ ਛੋਟੀ ਹੈ, 6 ਸਾਲ ਦੇ ਹੀ ਹਨ, ਸਤਿਗੁਰਾਂ ਦੇ ਵਾਸਤੇ ਬੇਸ਼ਕੀਮਤੀ ਸੂਖਮ ਬਸਤਰ ਦੀ ਮਲਮਲ ਦੀ ਦਸਤਾਰ ਲੈ ਕੇ ਆਏ ਹਨ। ਪੂਰਬ ਦੇਤ ਭਏ ਦਸਤਾਰ। ਸਭ ਤੋਂ ਪਹਿਲੀ ਦਸਤਾਰ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਅੰਸ ਬੰਸ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਨੇ ਗੁਰੂ ਕਲਗੀਧਰ ਜੀ ਨੂੰ ਬਣਵਾਈ ਹੈ। ਕਹਿੰਦੇ ਉਸ ਦਸਤਾਰ ਦੇ ਚਾਰੇ ਕੋਨਿਆਂ ਉੱਤੇ ਬੜੇ ਸੁੰਦਰ ਚੀਰੇ ਬਰੀਕ ਕਢਾਈ ਕੱਢੀ ਹੋਈ ਹੈ ਸੁਨਹਿਰੀ ਤਾਰ ਦੇ ਨਾਲ। ਜਰੇ ਬੇਕੀਮਤ ਜਿਸ ਮਹਿ ਹੀਰੇ। ਔਰ ਬੜੀ ਸੁੰਦਰ ਕਲਗੀ ਜੇ ਚ ਹੀਰੇ ਜੜੇ ਹੋਏ ਹਨ। ਜਬਰ ਜੇਬ ਜੁੱਤ ਜਗਮਗ ਕਾਰੀ। ਬੜੀ ਸੁੰਦਰ ਉਹਦੀ ਜੇਬ ਹੈ, ਚਮਕ ਦਮਕ ਹੈ, ਜਗਮਗ ਜਗਮਗ ਕਰਦੀ ਹੈ। ਜਿਗਾ ਦਈ ਸਿਰ ਬੰਦ ਉਦਾਰੀ। ਐਸੀ ਜਿਗਾ ਮਹਾਰਾਜ ਨੂੰ ਦਿੱਤੀ ਹੈ ਸਿਰ ਤੇ ਸਜਾਣ ਵਾਸਤੇ। ਜਰੇ ਜਵਾਹਰ ਜਾਗਤ ਜੋਤੀ। ਵਿੱਚ ਜਵਾਹਰਾਤ ਜੜੇ ਹੋਏ ਰੇ ਮੋਤੀ, ਰਤਨ ਜਵਾਹਰਾਤ ਪੰਨੇ ਸਬਜੇ ਨੀਲਮ, ਉਹਨਾਂ ਦੀ ਜਗਮਗ ਜਗਮਗ ਹੁੰਦੀ ਹੈ। ਉੱਜਲ ਗੋਲ ਪੋਏ ਵਿੱਚ ਮੋਤੀ। ਔਰ ਗੋਲ ਗੋਲ ਸਾਫ ਸੁਥਰੇ ਸੁੰਦਰ ਚਿੱਟੇ ਰੰਗ ਦੇ ਮੋਤੀ ਵਿੱਚ ਜੜੇ ਹੋਏ ਹਨ। ਕਲਗੀ ਚਾਰ ਉਤੰਗ ਕਰੀ। ਬੜੀ ਉੱਚੀ ਸੁੰਦਰ ਕਲਗੀ ਉੱਚੀ ਸੀਸ ਦੇ ਉੱਤੇ ਸਜਾਈ ਗਈ ਹੈ। ਸਤਿਗੁਰ ਸੀਸ ਧਰੀ ਬਿਦ ਖਰੀ। ਇਹ ਵੀ ਭਾਈ ਰਾਮ ਕੋਇਰ ਸਾਹਿਬ ਜੀ ਨੇ ਆਪ ਮਹਾਰਾਜ ਦੇ ਮੱਥੇ ਤੇ ਸਜਾਈ ਹੈ। ਉਹਨਾਂ ਦੇ ਹੱਥ ਲਵਾ ਕੇ ਗੁਰੂ ਸਾਹਿਬ ਜੀ ਨੂੰ ਕਲਗੀ ਜਿਗਾ ਸਜਾਈ ਗਈ ਹੈ। ਮੋਲਾ ਇੱਕ ਦਿਨ ਸੁਬਾਜ। ਔਰ ਇੱਕ ਬਹੁਤ ਕੀਮਤੀ ਘੋੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕੀਤਾ ਹੈ। ਘਰ ਬਿਠਾਏ ਦੇਖਿਓ ਮਹਾਰਾਜ। ਇੱਕ ਬਾਜ ਸੱਚੇ ਪਾਤਸ਼ਾਹ ਜੀ ਨੂੰ ਦਿੱਤਾ ਹੈ, ਜਿਹੜਾ ਸਤਿਗੁਰੂ ਜੀ ਨੇ ਹੱਥ ਤੇ ਰੱਖ ਬਿਠਾ ਕੇ ਵੇਖਿਆ ਹੈ। ਬੇਦੀ ਤੇਹਣ ਭੱਲਿਆਂ ਬੰਸ। ਔਰ ਸਾਧ ਸੰਗਤ ਜੀ ਬੇਦੀ ਬੰਸ਼ ਵੱਲੋਂ, ਤ੍ਰੇਹਣ ਬੰਸ਼ ਵੱਲੋਂ, ਭੱਲਿਆਂ ਦੇ ਬੰਸ਼ ਵੱਲੋਂ। ਬੇਦੀ ਗੁਰੂ ਨਾਨਕ ਦੇਵ ਜੀ ਦਾ ਬੰਸ਼ ਹੈ, ਬਾਬਾ ਲਖਮੀ ਦਾਸ ਜੀ ਉਹਨਾਂ ਦੇ ਪੁੱਤਰ, ਬਾਬਾ ਧਰਮ ਚੰਦ ਜੀ ਉਹਨਾਂ ਦੇ ਪੁੱਤਰ, ਬਾਬਾ ਮੇਹਰ ਚੰਦ ਜੀ, ਮਾਣਕ ਚੰਦ ਜੀ, ਗਾਂ ਦੀ ਗਾਂ ਪੀੜ੍ਹੀ ਚੱਲਦੀ ਆਈ। ਇਸ ਵੇਲੇ ਬਾਬਾ ਕਲਾਧਾਰੀ ਜੀ 9ਵੀਂ ਪੀੜ੍ਹੀ। ਔਰ ਸਾਧ ਸੰਗਤ ਜੀ ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਤ੍ਰੇਹਣ ਬੰਸ਼, ਔਰ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਭੱਲੇ ਬੰਸ਼, ਇਹ ਸਾਰੇ ਪਰਿਵਾਰ ਹਾਜ਼ਰ ਹੋਏ ਹਨ। ਦੇਤ ਬਸਤਰ ਸੁਭ ਅਰ ਅਵਤੰਸ। ਗੁਰੂ ਸਾਹਿਬ ਨੂੰ ਬੜੇ ਸੁੰਦਰ ਬਸਤਰ ਭੇਟਾ ਕੀਤੇ ਹਨ। ਹੁਣ ਮਸੰਦ ਗਨ ਦੇਸਨ ਕੀਰੇ। ਔਰ ਫਿਰ ਮਸੰਦਾਂ ਨੂੰ ਜਿਹੜੇ ਬਹੁਤ ਦੇਸਾਂ ਪ੍ਰਦੇਸਾਂ ਤੋਂ ਆਏ ਸਨ, ਨਿਜ ਨਿਜ ਭੇਟ ਅਗੇਰੇ, ਉਹਨਾਂ ਮਸੰਦਾਂ ਨੇ ਵੀ ਆਪਣੀਆਂ ਪ੍ਰੇਮ ਭੇਟਾਵਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਰੱਖੀਆਂ, ਅਰਪਣ ਕੀਤੀਆਂ ਹਨ। ਲਗੇ ਉਹ ਅੰਬਾਰ ਪਾਰ ਕੱਛ ਨਾਹੀ। ਭੇਟਾਵਾਂ ਦੇ ਅੰਬਾਰ ਲੱਗ ਗਏ ਹਨ, ਕੋਈ ਅੰਤ ਹੀ ਨਹੀਂ ਹੈ, ਪਾਰਾਵਾਰ ਹੀ ਨਹੀਂ ਰਿਹਾ। ਬਹੁਤ ਕੀਮਤੀ ਦਸਤਾਰਾਂ, ਦੁਸ਼ਾਲੇ, ਸ਼ਸਤਰ ਬਸਤਰ, ਘੋੜੇ,
ਸੰਗਤਾਂ ਲੈ ਕੇ ਆਈਆਂ ਹਨ। ਪ੍ਰਸੰਨਤਾ ਹਿਤ ਅਰਪਾਹੀ, ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ, ਗੁਰੂ ਸਾਹਿਬ ਨੂੰ ਪ੍ਰਸੰਨ ਕਰਨ ਵਾਸਤੇ ਗੁਰੂ ਕੇ ਸਿੱਖ ਆਪਣੀਆਂ ਪ੍ਰੇਮ ਭੇਟਾਵਾਂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਪਣ ਕਰਦੇ ਹਨ। ਇੱਕ ਬਿਰ ਬੋਲ ਉੱਠੇ ਜੈਕਾਰਾ, ਇੱਕ ਵਾਰ ਸਾਰੀ ਸੰਗਤ ਨੇ ਜੈਕਾਰੇ ਗਜਾ ਦਿੱਤੇ ਹਨ। ਜੈ ਜੈਕਾਰ ਹੋ ਰਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਦੇ ਨਾਂ ਦੇ ਜੈਕਾਰੇ ਬੋਲੇ ਜਾ ਰਹੇ ਹਨ। ਉਹ ਸਮਾਜ ਆਨੰਦਿਤ ਸਾਰਾ, ਬੜਾ ਹੀ ਸਮਾਜ ਖੁਸ਼ ਹੈ, ਸਾਰੀ ਸੰਗਤ ਖੁਸ਼ ਹੈ, ਬੀਬੀਆਂ ਬੱਚੇ ਬੁੱਢੇ ਹਿੰਦੂ ਸਿੱਖ ਮੁਸਲਮਾਨ ਗਰੀਬ ਅਮੀਰ ਪੂਰੀ ਇਨਸਾਨੀਅਤ ਜਿੰਨੀ ਵੀ ਅੱਜ ਇੱਥੇ ਕੋਈ ਆਇਆ ਹੈ ਗੁਰੂ ਮਹਾਰਾਜ ਦੀ ਨਗਰੀ 'ਚ, ਸਾਰਿਆਂ ਦੇ ਚਿਹਰੇ 'ਤੇ ਖੁਸ਼ੀ ਹੈ, ਪ੍ਰਸੰਨਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਜ ਗੱਦੀ 'ਤੇ, ਗੁਰਤਾ ਗੱਦੀ 'ਤੇ, ਤਖ਼ਤ 'ਤੇ ਸੁਭਾਏਮਾਨ ਹੋਏ ਹਨ। ਕਰਤ ਮੇਵ ਰੂਪ ਅਰਦਾਸ, ਮੇਵੜਾ ਸਾਰੀਆਂ ਸੰਗਤਾਂ ਵੱਲੋਂ ਆਈਆਂ ਹੋਈਆਂ ਭੇਟਾਵਾਂ ਦੀ ਅਰਦਾਸ ਕਰਦਾ ਹੈ। ਨਾਮ ਸੁਣਾਏ ਸਭਨ ਗੁਰ ਪਾਸ, ਸਾਰਿਆਂ ਦੇ ਨਾਂ ਗੁਰੂ ਸਾਹਿਬ ਜੀ ਨੂੰ ਸੁਣਾਏ ਜਾ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਫਲਾਣੇ ਦੇਸ਼ ਦੀ ਸੰਗਤ ਆਹ ਭੇਟਾ ਲੈ ਕੇ ਆਈ ਹੈ, ਫਲਾਣੇ ਸ਼ਹਿਰ ਦੀ ਸੰਗਤ ਇਹ ਭੇਟਾ ਲੈ ਕੇ ਆਈ ਹੈ, ਫਲਾਣਾ ਸ਼ਾਹੂਕਾਰ ਗੁਰੂ ਕਾ ਸਿੱਖ ਆਹ ਘੋੜਾ ਲੈ ਕੇ ਆਇਆ, ਕੋਈ ਜੋੜਾ ਲੈ ਕੇ ਆਇਆ, ਕੋਈ ਮਹਾਰਾਜ ਵਾਸਤੇ ਕਲਗੀ ਤੋੜਾ ਲੈ ਕੇ ਆਇਆ ਹੈ। ਜੈਸੀ ਜੈਸੀ ਪ੍ਰੇਮ ਭੇਟਾ ਸਿੱਖ ਲਿਆਏ ਹਨ, ਉਹਨਾਂ ਦੀ ਅਰਦਾਸੀਆ ਅਰਦਾਸ ਕਰਦਾ ਹੈ। ਪੰਚਾਮ੍ਰਿਤ ਹਜ਼ਾਰ ਕੋ ਆਇਓ, ਔਰ ਕੜਾ ਪ੍ਰਸ਼ਾਦ ਜੀ ਹਜ਼ਾਰਾਂ ਦਾ ਸੱਜ ਕੇ ਤਿਆਰ ਹੋਇਆ, ਖੁੱਲ੍ਹੀ ਦੇਗਾਂ ਮਹਾਰਾਜ ਦੇ ਵੱਡੇ ਵੱਡੇ ਕੜਾਏ ਬਲਟੋਏ ਭਰ ਕੇ ਕੜਾ ਪ੍ਰਸ਼ਾਦ ਆਇਆ ਹੈ। ਗੁਰੂ ਨਾਮ ਸਕਲ ਵਰਤਾਇਓ, ਗੁਰੂ ਦਾ ਨਾਂ ਲੈ ਕੇ ਅਰਦਾਸ ਕਰਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਸੰਗਤਾਂ ਨੂੰ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਗਈਆਂ ਹਨ। ਸੰਗਤ ਉਤਰੀ ਜਿਸ ਜਿਸ ਸਥਾਨ, ਜਿੱਥੇ ਜਿੱਥੇ ਗੁਰੂ ਦੀਆਂ ਸੰਗਤਾਂ ਉਤਰੀਆਂ ਹਨ, ਜਿੱਥੇ ਜਿੱਥੇ ਸੰਗਤਾਂ ਨੇ ਪੜਾਅ ਕੀਤੇ ਹਨ, ਕੀਨ ਪੁਚਾਵਨ ਤਹਿ ਤਹਿ ਜਾਨ, ਉੱਥੇ ਥਾਲ ਭਰ ਭਰ ਕੇ ਦੇਗਾਂ ਕੜਾ ਪ੍ਰਸ਼ਾਦ ਸੰਗਤ ਨੂੰ ਭੇਜ ਦਿੱਤਾ ਹੈ, ਤਾਂ ਕਿ ਉਹ ਵੀ ਛਕਣ ਖੁੱਲਾ ਗੱਫਾ। ਸ਼ਬਦ ਰਬਾਬੀ ਗਾਵਤ ਤਹਾਂ, ਕਹਿੰਦੇ ਗੁਰੂ ਕੇ ਦਰਬਾਰ ਵਿੱਚ ਕੀਰਤਨ ਹੋ ਰਿਹਾ ਹੈ, ਰਬਾਬੀ ਸਿੰਘ ਬੜੇ ਸੋਹਣੇ ਰਾਗਾਂ ਵਿੱਚ ਬਾਣੀ ਦਾ ਗਾਇਨ ਕਰਦੇ ਹਨ। ਸਹਿਤ ਧਨ ਦੀਨੋ ਮਹਾਂ, ਉਹਨਾਂ ਰਬਾਬੀਆਂ ਨੂੰ ਵੀ ਬਹੁਤ ਮਾਇਆ ਤੇ ਕੱਪੜੇ ਦਿੱਤੇ ਹਨ। ਇੱਕ ਪੌੜੀ ਢਾਡੀ ਜਬ ਲਾਈ, ਔਰ ਜਦੋਂ ਢਾਡੀਆਂ ਨੇ ਪੌੜੀਆਂ ਲਾਈਆਂ ਹਨ, ਵਾਰਾਂ ਗਾਈਆਂ ਹਨ, ਮਨ ਭਾਵਤ ਬਖਸ਼ੀਸ਼ ਤਿੰਨ ਪਾਈ, ਤੇ ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਦਿੱਤੀਆਂ ਨੇ, ਢਾਡੀ ਵੀ ਨਿਹਾਲ ਕਰ ਦਿੱਤੇ, ਰਾਗੀ ਵੀ ਨਿਹਾਲ ਕਰ ਦਿੱਤੇ। ਭੱਟ ਕਲਾਵਤ ਆਦਿਕ ਜਾਚੇ, ਜਿਹੜੇ ਭੱਟ ਕਲਾਵਾਨ ਗੁਣੀ ਗਿਆਨੀ ਗਾਉਣ ਵਜਾਉਣ ਵਾਲੇ ਆਏ ਸਨ, ਕਲਾਵਾਨ ਉਹਨਾਂ ਦੀ ਕਲਾ ਦਾ ਕਦਰ ਕਰਦਿਆਂ ਹੋਇਆਂ, ਉਹਨਾਂ ਦੀ ਇੱਜ਼ਤ ਕਰਦਿਆਂ ਮਹਾਰਾਜ ਨੇ ਉਹਨਾਂ ਨੂੰ ਖੁੱਲ੍ਹਾ ਗੱਫਾ ਦਿੱਤਾ ਹੈ। ਸਰਬ ਸਰਬ ਕੋ ਦੇ ਗੁਰ ਸਾਚੇ, ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਮਾਇਆ ਦੇ ਕੇ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਹੈ। ਵਿਪਰਨ ਦਾਨ ਅਦਕ ਹੀ ਪਾਇਓ, ਔਰ ਬ੍ਰਾਹਮਣਾਂ ਨੂੰ ਬਹੁਤ ਦਾਨ ਦਿੱਤਾ ਹੈ। ਸਭਨ ਅਸਿੱਖਾ ਬਾਦ ਅਲਾਇਓ, ਸਾਰਿਆਂ ਨੇ ਆਸ਼ੀਰਵਾਦ ਦਿੱਤਾ ਹੈ। ਮਹਾਰਾਜ ਦਸਵੇਂ ਪਾਤਸ਼ਾਹ ਦੀ ਚੜ੍ਹਦੀ ਕਲਾ ਰਵੇ, ਜੁਗੋ ਜੁਗ ਰਾਜ ਰਵੇ, ਵੱਡੀਆਂ ਉਮਰਾਂ ਹੋਣ ਤੇ ਬੜਾ ਪ੍ਰਤਾਪ ਹੋਵੇ। ਜਹ ਕਹਿ ਜਾਚਕ ਸੁਜਸ ਉਚਾਰ ਹੈ, ਜਿੱਥੇ ਕਿੱਥੇ ਮੰਗਤੇ ਗੁਰੂ ਗਰੀਬ ਗੁਰਬੇ ਗੁਰੂ ਸਾਹਿਬ ਦਾ ਜਸ ਕਰਦੇ ਹਨ। ਸ਼੍ਰੀ ਗੁਰੂ ਤੁਮ ਬਿਨ ਕੋ ਪ੍ਰਿਤ ਪਾਰ ਹੈ, ਤੇ ਗਰੀਬ ਗੁਰਬੇ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਸਾਡਾ ਕੌਣ ਹੈ,
ਆਪ ਜੀ ਸਾਡੀ ਪਾਲਣਾ ਕਰਨ ਵਾਲੇ ਹੋ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣਾਉਣ ਵਾਲੇ ਸਤਿਗੁਰੂ ਹੋ। ਘੱਟ ਘੱਟ ਮਾਲਕ ਦਿੱਤੇ ਦਾਨ, ਆਪ ਘੱਟ ਘੱਟਾਂ ਦੇ ਮਾਲਕ ਹੋ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਤਗਾਰ। ਸਾਰੀ ਸ੍ਰਿਸ਼ਟੀ ਨੂੰ ਮਹਾਰਾਜ, ਜਿੱਥੇ ਜਿੱਥੇ ਜੀਵ ਜੰਤੂ ਪਸ਼ੂ ਪੰਛੀ ਕੀੜਾ ਮਕੌੜਾ ਕੋਈ ਵੀ ਜੀ ਰਹਿ ਰਿਹਾ ਹੈ, ਗਊ ਨੂੰ ਘਾਸ ਸ਼ੇਰ ਨੂੰ ਮਾਸ ਤੁਸੀਂ ਦੇਣ ਵਾਲੇ ਹੋ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇਸ ਤਰ੍ਹਾਂ ਮੰਗਤੇ ਭੱਟ ਕਲਾਵਾਨ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਲੈ ਕੇ ਗੁਰੂ ਸਾਹਿਬ ਦੀਆਂ ਵਡਿਆਈਆਂ ਕਰਦੇ ਹਨ। ਜੇ ਤੁਮ ਤੇ ਸਭ ਖਾਏ ਜਹਾਨ, ਇਹ ਤੁਹਾਡੇ ਕੋਲੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਬਹੁਤ ਕੁਝ ਲੈ ਕੇ ਅਸੀਂ ਖਾ ਰਹੇ ਹਾਂ। ਸੰਸਾਰ ਦੇ ਜੀਵ ਸਾਨੂੰ ਤੁਹਾਡੀਆਂ ਦਾਤਾਂ ਮਾਲਾ ਮਾਲ ਕਰ ਰਹੀਆਂ ਨੇ, ਤੁਹਾਡੀਆਂ ਦਾਤਾਂ ਮੁੱਕਣ ਵਿੱਚ ਨਹੀਂ ਆਉਂਦੀਆਂ। ਸਾਧਨ ਕੇਰ ਜਮਾਤ ਜੋ ਆਈ, ਸਾਧਾਂ ਦੀ ਜਿਹੜੀ ਜਮਾਤਾਂ ਆਈਆਂ ਸਨ, ਸੰਨਿਆਸੀ ਆਏ, ਬੈਰਾਗੀ, ਜੋਗੀ, ਜੰਗਮ, ਕਈ ਸੰਪਰਦਾਵਾਂ ਦੇ ਸਾਧੂ ਮਹਾਤਮਾ, ਮੁਸਲਮਾਨ ਫਕੀਰ ਵੀ ਜਿਹੜੇ ਗੁਰੂ ਨਾਲ ਪਿਆਰ ਕਰਦੇ ਸਨ, ਸੂਫੀ ਜਿੰਨੇ ਵੀ ਸਾਧੂ ਸੰਤ ਮਹਾਤਮਾ ਆਏ ਸਨ। ਰਣ ਸਿੰਘੇ ਤੁਰ ਰੀਸ ਵਜਾਈ, ਉਹਨਾਂ ਨੇ ਰਣ ਸਿੰਘੇ ਵਜਾਏ ਨੇ, ਤੁਰੀਆਂ ਵਜਾਈਆਂ ਨੇ, ਸਾਧਾ ਨੇ ਆ ਕੇ ਸੰਖ ਵਜਾਏ ਨੇ, ਪਰ ਪਰ ਫੂਕੇ ਸੰਖ ਵਜਾਏ, ਫੂਕਾ ਮਾਰ ਕੇ ਸੰਖ ਵਜਾਉਂਦੇ ਹਨ। ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ। ਪਹਿਲੇ ਸਾਧ ਸੰਗਤ ਜੀ ਗੁਰੂ ਘਰਾਂ ਵਿੱਚ ਇਹ ਤੁਰੀਆਂ ਨਫੀਰੀਆਂ ਸ਼ਹਿਨਾਈਆਂ ਅਤੇ ਪਟੇ ਪਣਮ ਵੱਜਿਆ ਕਰਦੇ ਸਨ ਸੰਖ। ਹੁਣ ਹੌਲੇ ਹੌਲੇ ਵਜਾਉਣ ਵਾਲੇ ਵੀ ਘੱਟ ਗਏ ਅਤੇ ਕਦਰਦਾਨ ਵੀ ਘੱਟ ਗਏ, ਇਸ ਕਰਕੇ ਇਹਨਾਂ ਚੀਜ਼ਾਂ ਦੀ ਹੁਣ ਕਦਰ ਨਹੀਂ ਰਹੀ। ਪਰ ਪੁਰਾਤਨ ਸਮੇਂ ਗੁਰੂ ਘਰਾਂ ਵਿੱਚ ਸੰਖ ਵਜਾਇਆ ਜਾਂਦਾ ਸੀ। ਅੱਜ ਕੱਲ੍ਹ ਕੋਈ ਵਜਾਵੇ ਤਾਂ ਕਈ ਬ੍ਰਾਹਮਣਵਾਦੀ ਕਹਿਣਗੇ, ਪਰ ਇੱਥੇ ਬ੍ਰਾਹਮਣਵਾਦੀ ਦਾ ਸਵਾਲ ਨਹੀਂ। ਸੰਖ ਇੱਕ ਐਸੀ ਵਾਈਬ੍ਰੇਸ਼ਨ ਹੈ ਜਿੱਥੋਂ ਤੱਕ ਸੁਣਾਈ ਦਿੰਦੀ ਹੈ ਉੱਥੋਂ ਤੱਕ ਕੋਈ ਮਾੜੀ ਰੂਹ ਨਹੀਂ ਰਹਿੰਦੀ। ਇਹ ਕੁਦਰਤੀ ਨਾਦ ਹੈ ਸੰਖ ਦਾ। ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇਂ। ਆਰਤੀ ਕੋਟ ਕਰੈਂ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੇਂ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਚਨ ਆਉਂਦੇ, ਸੰਖ ਚੱਕਰ ਮਾਲਾ ਤਿਲਕ ਵਿਰਾਜਤ, ਦੇਖ ਪ੍ਰਤਾਪ ਜਮ ਡਰਿਓ। ਇਹ ਐਸੀਆਂ ਸ਼ਕਤੀਆਂ ਅਕਾਲ ਪੁਰਖ ਨੇ ਪੈਦਾ ਕੀਤੀਆਂ ਹਨ ਜਿਨ੍ਹਾਂ ਤੋਂ ਜਮ ਵੀ ਡਰਦੇ ਹਨ, ਕਿਉਂਕਿ ਨਾਮ ਬਾਣੀ ਦਾ ਭਜਨ ਬੰਦਗੀ ਦਾ ਪ੍ਰਤਾਪ ਹੁੰਦਾ ਹੈ। ਮਨ ਦੀ ਬਿਰਤੀ ਜਿੱਥੇ ਇਕਾਗਰ ਹੋ ਜਾਂਦੀ ਹੈ, ਸਿਮਰਨ ਭਜਨ ਹੁੰਦਾ ਹੈ, ਉੱਥੇ ਕੋਈ ਕਲਾ ਕਲੇਸ਼ ਕਿਸੇ ਤਰ੍ਹਾਂ ਦਾ ਵਿਘਨ ਅਨਿਸ਼ਟ ਰਹਿੰਦਾ ਨਹੀਂ ਹੈ। ਇਸ ਕਰਕੇ ਸੰਖ ਵਜਾਏ ਜਾਂਦੇ ਹਨ, ਭਰ ਭਰ ਫੂਕੈਂ ਸੰਖ ਵਜਾਏ। ਵੱਡੀਆਂ ਵੱਡੀਆਂ ਫੂਕਾਂ ਮਾਰ ਕੇ ਸੰਖ ਵਜਾਉਂਦੇ ਦੂਰ ਦੂਰ ਤੱਕ ਸੁਣਾਈ ਦਿੰਦਾ ਹੈ। ਪਿੱਖ ਪਿੱਖ ਗੁਰ ਮੂਰਤ ਹਰ ਖਾਏ, ਔਰ ਸਾਰੇ ਸਾਧੂ ਸੰਤ ਮਹਾਤਮਾ ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਨੋਹਰ ਸਰੂਪ ਦੇਖ ਕੇ ਖੁਸ਼ ਹੁੰਦੇ ਹਨ, ਕਿਉਂਕਿ ਸਤਿਗੁਰੂ ਸਾਰਿਆਂ ਦੇ ਸਾਂਝੇ ਹਨ। ਉਸ ਜਿਹੜਾ ਵੀ ਸੰਸਾਰ 'ਤੇ ਕੋਈ ਜੀਵ ਹੈ ਉਹਨੂੰ ਲੱਗਦਾ ਗੁਰੂ ਮੇਰੇ ਹੀ ਹਨ। ਮਹਾਰਾਜ ਹਰ ਇੱਕ ਨੂੰ ਪਿਆਰ ਕਰਦੇ, ਹਿੰਦੂ ਨੂੰ ਵੀ, ਮੁਸਲਮਾਨ ਨੂੰ, ਸੰਨਿਆਸੀ, ਬੈਰਾਗੀ, ਜੋਗੀ, ਜੰਗਮ, ਕਿਸੇ ਨਾਲ ਨਫ਼ਰਤ ਨਹੀਂ ਕਰਦੇ। ਜਿੱਥੇ ਨਫ਼ਰਤ ਹੈ ਸਾਧ ਸੰਗਤ ਜੀ, ਉੱਥੇ ਧਰਮ ਨਹੀਂ ਰਹਿੰਦਾ। ਅਤੇ ਗੁਰੂ ਸੱਚੇ ਪਾਤਸ਼ਾਹ ਕੋਲ ਤਾਂ ਨਫ਼ਰਤ ਹੈ ਹੀ ਨਹੀਂ, ਪਿਆਰ ਹੀ ਪਿਆਰ ਹੈ। ਹਰ ਇੱਕ ਧਰਮ ਦੇ, ਹਰ ਇੱਕ ਸਮਾਜ ਦੇ ਇਨਸਾਨ ਨੂੰ ਇੱਦਾਂ ਲੱਗਦਾ ਗੁਰੂ ਗੋਬਿੰਦ ਸਿੰਘ ਮੇਰਾ ਹੈ, ਮੇਰਾ ਹੈ। ਇਸ ਤਰ੍ਹਾਂ ਸਾਰੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਬਲਿਹਾਰ ਬਲਿਹਾਰ ਜਾਂਦੇ ਹਨ। ਉਤਸਵ ਭਇਓ ਸਭਨ ਮੈਂ ਭਾਰੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡਾ ਇਕੱਠ ਹੋਇਆ, ਹਜ਼ਾਰਾਂ ਲੱਖਾਂ ਸੰਗਤਾਂ ਜਿਵੇਂ ਹੋਲੇ ਮਹੱਲੇ 'ਤੇ ਆ ਜਾਂਦੀਆਂ, ਅੱਜ ਕੱਲ੍ਹ ਵੀ ਦਰਸ਼ਨ ਹੁੰਦੇ ਨੇ, ਇੱਦਾਂ ਹੀ ਉਦੋਂ ਜੋੜ ਮੇਲੇ ਭਰਦੇ ਸਨ।
ਮਹਾਰਾਜ ਕੋਲ ਬੇਅੰਤ ਸੰਗਤਾਂ ਦਾ ਇਕੱਠ ਹੋ ਗਿਆ। ਪੁਰ ਆਨੰਦ ਹਰਖਤ ਨਰ ਨਾਰੀ ਇਸਤਰੀ ਪੁਰਸ਼ ਵੱਡੇ ਛੋਟੇ ਗਰੀਬ ਅਮੀਰ ਸਭ ਖੁਸ਼ੀ ਮਨਾ ਰਹੇ ਸਨ ਕਿ ਅੱਜ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੁਰਤਾ ਗੱਦੀ ਨਿਸ਼ੀਨੀ ਹੋ ਰਹੀ ਹੈ। ਕਲਗੀ ਰਹੀ ਬਿਰਾਜ ਉਤੰਗਾ ਸੀਸ ਉੱਤੇ ਕਲਗੀ ਧਰਦੇ ਕਲਗੀ ਸੋਭਾ ਪਾਉਂਦੀ ਹੈ, ਉੱਚੀ ਕਲਗੀ ਸਜਾਉਂਦੇ ਹਨ। ਦਮਕਤ ਮੁਕਤਾ ਹੀਰਨ ਸੰਗਾ ਮੋਤੀਆਂ ਹੀਰਿਆਂ ਨਾਲ ਦਮਕਦੀ ਹੈ, ਜਦੋਂ ਜਿਗਾ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਥੇ ਤੇ ਲਿਸ਼ਕਾਰੇ ਮਾਰਦੀ ਹੈ। ਚਮਰ ਢੁਰਤ ਸੁੱਟ ਬਾਰੰਬਾਰਾ ਔਰ ਬੜਾ ਸੋਹਣਾ ਚੌਰ ਚੌਰ ਬਰਦਾਰ ਸੀਸ ਤੇ ਬਾਰ ਬਾਰ ਝੁਲਾਉਂਦੇ ਨੇ। ਇੱਕ ਸੱਜੇ ਪਾਸੇ ਖੜਾ ਚੌਰ ਬਰਦਾਰ ਚੌਰ ਲੈ ਕੇ, ਇਹ ਖੱਬੇ ਪਾਸੇ ਖੜਾ, ਦੋਵੇਂ ਪਾਸਿਓਂ ਸੀਸ ਤੇ ਚੌਰ ਹੁੰਦਾ ਹੈ। ਉੱਜਲ ਹੰਸ ਮਨਿੰਦ ਉਦਾਰਾ ਜਿਵੇਂ ਚਿੱਟੇ ਹੰਸ ਮਾਨ ਸਰੋਵਰ ਤੇ ਉਡਾਰੀਆਂ ਮਾਰਦੇ ਹੋਣ। ਦਰਸੈ ਸੋਭਾ ਖਾਲਕ ਤੇਕ ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਤੇ ਚੌਰ ਉਡਾਰੀਆਂ ਮਾਰਦਾ ਜਿਵੇਂ ਮਾਨ ਸਰੋਵਰ ਤੇ ਹੰਸ ਚਿੱਟੇ ਉੱਡਦੇ ਹੁੰਦੇ ਹਨ। ਔਰ ਮਹਾਰਾਜ ਦੀ ਸੋਭਾ ਨੂੰ ਸਭ ਦੁਨੀਆਂ ਦੇਖ ਰਹੀ ਹੈ। ਬੈਠ ਬਿਲੋਕਤ ਸਿੱਖ ਅਨੇਕ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਜੋਗ ਧਿਆਨ ਗਿਆਨ ਸੇਖ ਨਾਗੈ ਸਗਲ ਜਪੈ ਤਰੰਗੀ ਕਹੋ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਾਧ ਸੰਗੀ। ਧੰਨ ਹਨ ਉਹ ਗੁਰਸਿੱਖ ਜਿਹੜੇ ਸਾਹਮਣੇ ਬੈਠ ਕੇ ਬਾਜਾਂ ਵਾਲੇ ਦੇ ਦਰਸ਼ਨ ਕਰ ਰਹੇ ਹਨ ਔਰ ਮਹਾਰਾਜ ਦੀ ਕਲਗੀ ਦੇ ਦਰਸ਼ਨ ਕਰ ਰਹੇ ਹਨ। ਸਭ ਕੇ ਦ੍ਰਿਗ ਇੱਕ ਟੱਕ ਲੱਗ ਐਸੀ ਸਾਰੀਆਂ ਸੰਗਤਾਂ ਦੇ ਨੇਤਰ ਕਲਗੀਧਰ ਪਾਤਸ਼ਾਹ ਵੱਲ ਤਖ਼ਤ ਤੇ ਬੈਠੇ ਦਸਵੇਂ ਪਾਤਸ਼ਾਹ ਵੱਲ ਲੱਗੇ, ਇਸ ਤਰ੍ਹਾਂ ਇੱਕ ਟੱਕ ਨਿਗਾਹ ਲੱਗੀ ਹੋਈ ਹੈ। ਮਨ ਚਕੋਰ ਸੱਸ ਕੇ ਦਿਸ ਜੈਸੀ ਜਿਵੇਂ ਪੂਰਨਮਾਸ਼ੀ ਦੀ ਰਾਤ ਹੋਵੇ ਤੇ ਚਕੋਰ ਦਾ ਧਿਆਨ ਚੰਦਰਮਾ ਵੱਲ ਲੱਗਾ ਹੋਵੇ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਸਾਰੀ ਸਾਰੀ ਰਾਤ ਚਕੋਰ ਅੱਖ ਨਹੀਂ ਝਮਕਦੀ, ਸਾਰੀ ਸਾਰੀ ਰਾਤ ਚੰਦਰਮਾ ਵੱਲ ਦੇਖਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦੇ ਦਰਸ਼ਨ ਸੰਗਤਾਂ ਕਰ ਰਹੀਆਂ ਹਨ। ਮਨ ਪਰ ਬਸ ਹੀ ਸਰਬ ਚੁਰਾਏ ਤਾਂ ਸਾਰਿਆਂ ਦੇ ਮਨ ਮੰਨ ਲਓ ਚੁਰਾ ਲਏ ਹੁਣ ਗੁਰੂ ਗੋਬਿੰਦ ਸਿੰਘ ਜੀ ਨੇ, ਮਨ ਮੋਹ ਲਏ ਹਨ। ਐਸਾ ਸੁੰਦਰ ਸਰੂਪ ਦਾ ਦਰਸ਼ਨ ਦਿੱਤਾ ਹੈ, ਐਸਾ ਚਲਕਾਰਾ ਕਲਗੀਧਰ ਦੇ ਦਰਸ਼ਨਾਂ ਦਾ ਵੱਜਿਆ ਹੈ। ਮੈਂ ਕੁੱਠੀ ਮੈਂ ਵਿੰਨੀ ਵੇ ਲੋਕਾਂ ਉਸ ਕਲਗੀ ਦੀਆਂ ਅਣੀਆਂ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਨਾ, ਉਹ ਕਲਗੀ ਦੀਆਂ ਅਣੀਆਂ ਹੀ ਐਸੀਆਂ ਹਨ ਕਿ ਉਹਨਾਂ ਨੇ ਮੇਰਾ ਮਨ ਮੋਹ ਲਿਆ ਹੈ। ਜਨ ਸੂਰਜ ਮੁਖ ਕਮਲ ਖਿਰਾਏ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜੇ ਹੁੰਦੇ ਹਨ, ਏਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਮਨ ਖਿੜੇ ਹਨ। ਇੱਕ ਜਾਮ ਲੋ ਥਿਰ ਤਹਿ ਭਈ ਇੱਕ ਪਹਿਰ ਲਗਭਗ 3 ਘੰਟੇ ਦੀਵਾਨ ਵਿੱਚ ਮਹਾਰਾਜ ਦਮਦਮੇ ਤੇ ਬੈਠੇ ਰਹੇ। ਹਜ਼ਾਰਾਂ ਸੰਗਤਾਂ ਆ ਆ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ ਰਹੀਆਂ। ਸਭਨ ਮਨੋਰਥ ਪੂਰਨ ਕਏ ਸਭ ਦੇ ਮਨੋਰਥ ਪੂਰੇ ਕੀਤੇ, ਸਭ ਦੇ ਮਨ ਦੇ ਜਿੰਨੇ ਵੀ ਸੰਕਲਪ ਸਨ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਉਹ ਸਭ ਦੇ ਮਨੋਰਥ ਪੂਰੇ ਕੀਤੇ ਹਨ। ਯਥਾ ਯੋਗ ਜੋ ਬੇਦੀ ਆਦ ਜਿੰਨੇ ਵੀ ਬੇਦੀ ਆਏ ਸਨ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਸ ਬੰਸ ਵਿੱਚੋਂ, ਜਿੰਨੇ ਤ੍ਰੇਣ ਆਏ ਸਨ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਅੰਸ ਬੰਸ ਵਿੱਚੋਂ, ਜਿੰਨੇ ਭੱਲੇ ਸਾਹਿਬਜ਼ਾਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਪਰਿਵਾਰ ਚੋਂ ਆਏ ਸਨ, ਸਨਮਾਨੇ ਦੀਨੂ ਅਹਿਲਾਦ ਇਹਨਾਂ ਸਾਹਿਬਜ਼ਾਦਿਆਂ ਦਾ ਸਨਮਾਨ ਸਭ ਤੋਂ ਪਹਿਲਾਂ ਕੀਤਾ ਹੈ।
ਸਭ ਤੋਂ ਪਹਿਲਾਂ ਬੇਦੀ ਸਾਹਿਬਜ਼ਾਦਿਆਂ ਨੂੰ ਸਰੋਪੇ ਬਖਸ਼ਿਸ਼ਾਂ ਦਿੱਤੀਆਂ ਹਨ, ਫਿਰ ਤ੍ਰੇਹਣ ਸਾਹਿਬਜ਼ਾਦਿਆਂ ਦਾ ਸਤਿਕਾਰ ਕੀਤਾ ਹੈ, ਫਿਰ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਦੀ ਅੰਸ ਵੰਸ਼ ਦਾ ਮਾਣ ਸਤਿਕਾਰ ਕੀਤਾ ਹੈ। ਸੰਤ ਮਹੰਤ ਮਸੰਦ ਜੀ ਬ੍ਰਿੰਦ ਸੋਢੀਆਂ ਵਿੱਚੋਂ ਵੀ ਜਿਹੜੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੰਸ਼ ਵੰਸ਼ 'ਚੋਂ ਬਾਬਾ ਸੂਰਜਮਲ ਦੇ ਪੋਤਰੇ, ਉਹਨਾਂ ਦਾ ਸਨਮਾਨ ਕੀਤਾ ਹੈ। ਹੋਰ ਵੀ ਜਿਹੜੇ ਆਏ ਸਨ ਪਿਆਰ ਨਾਲ, ਸਭ ਨੂੰ ਜੀ ਆਇਆਂ ਕਿਹਾ। ਸੰਤਾਂ ਮਹੰਤਾਂ ਭਗਤਾਂ ਨੂੰ ਗੁਰੂ ਘਰ ਦੇ ਵਿੱਚ ਜਿਹੜੇ ਬਹੁਤ ਕਰਨੀਆਂ ਵਾਲੇ ਮਹਾਤਮਾ ਦੇਸ਼ਾਂ ਪ੍ਰਦੇਸ਼ਾਂ 'ਚ ਸਿੱਖੀ ਦਾ ਪ੍ਰਚਾਰ ਕਰਦੇ, ਨਾਮ ਬਾਣੀ ਨਾਲ ਸੰਗਤਾਂ ਨੂੰ ਜੋੜਦੇ, ਉਹਨਾਂ ਮਹਾਤਮਾ ਮਹਾਂਪੁਰਸ਼ਾਂ ਨੂੰ ਉਦਾਸੀ ਸਾਧੂ ਨਿਰਮਲੇ ਸਾਧੂ ਗੁਰੂ ਕੇ ਸਿੱਖ ਸੰਤ ਭਗਤ ਸਭ ਦੀ ਮਾਣ ਇੱਜ਼ਤ ਕੀਤੀ ਹੈ, ਸਭ ਨੂੰ ਸਰੋਪੇ ਦਿੱਤੇ ਹਨ। ਦੀਨ ਆਨੰਦ ਬਿਲੰਦ ਮੁਕੰਦ ਮੁਕਤੀਦਾਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਰਿਆਂ ਨੂੰ ਆਨੰਦ ਵੰਡਿਆ ਹੈ, ਖੁਸ਼ੀਆਂ ਵੰਡੀਆਂ ਨੇ, ਇਤਨਾ ਨਿਹਾਲ ਕੀਤਾ ਹੈ, ਕਿਸੇ ਦੇ ਕੋਲ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤਿਹਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨ। ਇਸ ਪ੍ਰਕਾਰ ਸਭ ਦਾ ਮਾਣ ਸਨਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਰ ਰਹੇ ਨੇ। ਸਭ ਦਿਸ ਦੇਖਤ ਉੱਠੇ ਗੁਸਾਈ ਸਾਰਿਆਂ ਵੱਲ ਵੇਖ ਕੇ ਮਹਾਰਾਜ ਗਲਗੀਧਰ ਜੀ ਉੱਠੇ ਹਨ। ਕਰ ਧਰ ਧਨ ਸਰ ਦੁੱਤ ਬਹੁ ਪਾਈ, ਮਹਾਰਾਜ ਨੇ ਆਪਣੇ ਹੱਥ ਵਿੱਚ ਮਾਇਆ ਦੀਆਂ ਥੈਲੀਆਂ ਲੈ ਲਈਆਂ ਨੇ, ਸੇਵਾਦਾਰਾਂ ਕੋਲੋਂ ਚੁਕਵਾ ਲਈਆਂ ਨੇ, ਔਰ ਸਾਰਿਆਂ ਨੂੰ ਵਰਤਾਈਆਂ। ਔਰ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਬਾਰ 'ਚੋਂ ਬਾਹਰ ਜਾਣ ਲੱਗੇ ਤੇ ਮੋਢੇ ਤੇ ਧਨੁਸ਼ ਸੋਭਾ ਪਾ ਰਿਹਾ ਹੈ। ਸਾਧ ਕਿਰਪਾਲ ਲਈ ਚੱਲ ਆਏ, ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਕੇ ਮੋਢੇ ਦੇ ਧਨੁਸ਼ ਬਾਣ ਸਜਿਆ, ਤੀਰ ਕਮਾਣ ਗਾਤਰੇ ਢਾਲ ਤਲਵਾਰ ਸ਼ਸਤਰ ਬਸਤਰ ਸਜੇ ਹਨ, ਸਭਾ ਚੋਂ ਬਾਹਰ ਆਏ ਹਨ। ਜਿੱਤ ਕਿਤ ਸਿੱਖ ਸੰਗਤ ਸਮੁਦਾਇ, ਜਿੱਧਰ ਕਿੱਧਰ ਸਿੱਖ ਸੰਗਤਾਂ ਦਾ ਹੜ ਆਇਆ ਹੋਇਆ ਸਮੁਦਾਇ ਹੈ ਸੰਗਤਾਂ ਦਾ, ਲੱਖਾਂ ਹੀ ਸੰਗਤਾਂ ਗਲੀਆਂ ਬਾਜ਼ਾਰਾਂ 'ਚ ਅਨੰਦਪੁਰ ਸਾਹਿਬ ਖੜੀਆਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨੇ। ਗਰੀਬ ਬਾਜ਼ਾਰਨ ਖਰੇ ਨਿਹਾਰੇ, ਗਲੀਆਂ ਬਾਜ਼ਾਰਾਂ 'ਚ ਖਲੋਤੇ ਸਿੱਖ ਮਹਾਰਾਜ ਦੇ ਦਰਸ਼ਨ ਕਰ ਰਹੇ ਨੇ। ਬੰਦ ਬੰਦ ਕਰ ਬੰਧਨ ਘਰ, ਹੱਥ ਜੋੜ ਜੋੜ ਕੇ ਮੱਥਾ ਟੇਕਦੇ ਹਨ। ਮੰਦ ਮੰਦ ਗਮਨੇ ਨਿਜ ਪੌਰ, ਔਰ ਸਤਿਗੁਰੂ ਜੀ ਹੌਲੇ ਹੌਲੇ ਆਪਣੇ ਮਹਿਲਾਂ ਵਿੱਚ ਜਿੱਥੇ ਗੁਰੂ ਕੇ ਮਹਿਲ ਹਨ ਉੱਥੇ ਗਏ ਹਨ। ਉਚਿਤ ਭੇ ਸੋਢੀ ਸਿਰ ਮੋਰ, ਸੋਢੀ ਕੁਲ ਦੇ ਸਿਰ ਮੋਰ ਸਤਿਗੁਰੂ ਜੀ ਆਪਣੇ ਘਰ ਪਹੁੰਚੇ ਹਨ। ਉਤਰ ਤੁਰੰਗ ਤੇ ਅੰਤਰ ਗਏ, ਘੋੜੇ ਤੋਂ ਉਤਰ ਕੇ ਫਿਰ ਆਪਣੇ ਮਹਿਲਾਂ 'ਚ ਅੰਦਰ ਪ੍ਰਵੇਸ਼ ਕੀਤਾ ਹੈ। ਮਾਤਨ ਕੋ ਦੇਖਤ ਭਏ, ਜਾ ਕੇ ਦੋ ਮਾਤਾ ਮਾਤਾ ਨਾਨਕੀ ਜੀ ਦਾਦੀ ਦੇ ਤੇ ਮਾਂ ਗੁਜਰੀ ਦੇ ਦਰਸ਼ਨ ਕੀਤੇ ਹਨ। ਨਾਨਕੀ ਕੋ ਕਰ ਨਮੋ, ਪਹਿਲਾਂ ਦਾਦੀ ਨੂੰ ਮੱਥਾ ਟੇਕਿਆ ਮਾਤਾ ਨਾਨਕੀ ਨੂੰ, ਪੋਤਰੇ ਕੀ ਛਬ ਤੇ ਸਮੋ, ਆਪਣੇ ਪੋਤਰੇ ਦੀ ਸੋਭਾ ਵੇਖੀ ਜਦੋਂ ਮਾਤਾ ਨਾਨਕੀ ਨੇ, ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਲੀ ਨੁਹਾਰ ਨਜ਼ਰ ਆਈ ਤੇ ਬਚਨ ਯਾਦ ਆਏ ਛੇਵੇਂ ਪਾਤਸ਼ਾਹ ਦੇ ਕਿ ਨਾਨਕੀ ਤੇਰਾ ਪੋਤਾ ਬੜਾ ਪ੍ਰਤਾਪੀ ਹੋਵੇਗਾ, ਜਿਹੜੇ ਕਾਰਜ ਅਸੀਂ ਆਰੰਭ ਕੀਤੇ ਉਹਨਾਂ ਨੂੰ ਸੰਪੂਰਨ ਕਰੇਗਾ, ਸੂਰਬੀਰ ਬਹਾਦਰ ਯੋਧਿਆਂ ਦਾ ਪੰਥ ਪੈਦਾ ਕਰ ਦੇਵੇਗਾ, ਐਸੀ ਸਪਿਰਟ ਭਰ ਦੇਵੇਗਾ ਜ਼ੁਲਮਾਂ ਦਾ ਨਾਸ ਕਰਨ ਲਈ ਸਦਾ ਹੀ ਤਤਪਰ ਰਹਿਣਗੇ। ਇਹ ਜਿਹੜੇ ਬਚਨ ਛੇਵੇਂ ਪਾਤਸ਼ਾਹ ਨੇ ਕੀਤੇ ਸਨ, ਉਹ ਅੱਜ ਮਾਤਾ ਨਾਨਕੀ ਦੇ ਸਾਕਸ਼ਾਤ ਹੋ ਗਏ ਹਨ। ਅਤ ਆਨੰਦਮੈ ਹਿਰਦੈ ਹੋਈ, ਮਾਤਾ ਨਾਨਕੀ ਬੜੇ ਪ੍ਰਸੰਨ ਆਨੰਦ ਸਰੂਪ ਹੀ ਹੋ ਗਏ। ਚਿੰਤਾ ਸੰਕਟ ਮਨ ਤੇ ਖੋਈ, ਜਿਹੜਾ ਮਨ ਨੂੰ ਚਿੰਤਾ ਸੰਕਟ ਝੋਰਾ ਲੱਗਾ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ,
ਉਹ ਵਿਸਰ ਗਿਆ, ਉਹ ਭੁੱਲ ਗਿਆ। ਨਿਕਟ ਬਿਠਾਏ ਸੁੰਗਤੀ ਭਾਲ, ਮਾਤਾ ਨਾਨਕੀ ਬਾਂਹ ਫੜ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਕੋਲ ਬਿਠਾ ਲਿਆ ਤੇ ਮੱਥਾ ਚੁੰਮਣ ਲੱਗੀ। ਵਾਰੇ ਉੱਪਰ ਦਰਬ ਵਿਸਾਲ, ਔਰ ਸਿਰ ਦੇ ਉੱਤੋਂ ਬਹੁਤ ਮਾਇਆ ਦੀਆਂ ਥੈਲੀਆਂ ਵਾਰ ਕੇ ਗਰੀਬਾਂ ਚ ਵੰਡਣ ਲਈ ਭੇਜ ਦਿੱਤੀਆਂ। ਪਠਿਓ ਵਹਿਰ ਜਾ ਚੇਤਨ ਦੀ ਜੈ, ਸੇਵਾਦਾਰ ਨੂੰ ਕਿਹਾ ਵੀ ਆ ਲੈ ਜਾ ਤੇ ਬਾਹਰ ਮੰਗ ਤੇ ਗਰੀਬ ਲੋੜਵੰਦ ਖੜੇ ਉਹਨਾਂ ਨੂੰ ਦੇ ਦੇ। ਸਭ ਤੇ ਸੁਭ ਅਸੀਸ ਕੋ ਲੀਜੈ, ਸਾਰਿਆਂ ਕੋਲੋਂ ਚੰਗੀ ਆਸ਼ੀਰਵਾਦ ਲਵੋ। ਕਿਤਵਤ ਭਈ ਬਾਕ ਬਰ ਪੱਤ ਕੇ, ਆਪਣੇ ਪਤੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਚੇਤੇ ਕਰਦੀ ਹੈ। ਆਖੇ ਚਿਰੰਕਾਲ ਪਾਹਿਤ ਕੇ, ਮਹਾਰਾਜ ਨੂੰ ਇਹ ਬਚਨ ਕਿਹਾ ਬਹੁਤ ਸਾਲ ਹੋ ਗਏ, ਲਗਭਗ 30 ਸਾਲ ਦੇ ਉੱਤੇ ਸਮਾਂ ਬੀਤ ਗਿਆ, ਅੱਜ ਉਹ ਬਚਨ ਯਾਦ ਆਏ ਨੇ। ਉਤਰਾ ਹੋਏ ਵਿਸ਼ਾਲ ਪ੍ਰਤਾਪੀ, ਮਹਾਰਾਜ ਨੇ 30-35 ਸਾਲ ਪਹਿਲਾਂ ਕਿਹਾ ਸੀ ਨਾਨਕੀ ਤੇਰਾ ਪੋਤਰਾ ਬੜਾ ਪ੍ਰਤਾਪੀ ਹੋਵੇਗਾ, ਬੜਾ ਹੀ ਉਹਦਾ ਜਸ ਹੋਵੇਗਾ, ਬੜੀ ਸੋਭਾ ਖੱਟੇਗਾ। ਪਾਪੀ ਨਰਨ ਕਲਾਪਨ ਖਾਪੀ, ਉਹ ਪਾਪੀਆਂ ਦਾ, ਜਾਲਮਾਂ ਦਾ, ਦੁਸ਼ਟਾਂ ਦਾ, ਕਲਾ ਕਲੇਸ਼ ਦਾ ਨਾਸ ਕਰ ਦੇਗਾ, ਉਹ ਜੜਾਂ ਪੱਟ ਕੇ ਰੱਖ ਦੇਗਾ ਜ਼ੁਲਮ ਦੀਆਂ। ਸ਼੍ਰੀ ਨਾਨਕ ਕੋ ਉਜਲ ਨਾਮੋ, ਗੁਰੂ ਨਾਨਕ ਦੇਵ ਜੀ ਦਾ ਨਾਮ ਸਾਰੇ ਸੰਸਾਰ ਚ ਚਮਕਾ ਦੇਵੇਗਾ। ਰਹਿ ਅਦਿਖਤਾ ਜਗ ਅਬਰਾਮੋ, ਉਹ ਸਾਰੀ ਦੁਨੀਆਂ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਭਾ ਕਰਾਵੇਗਾ, ਉਹਨਾਂ ਦਾ ਜਸ ਵਧਾਵੇਗਾ, ਉਹ ਦੇਗ ਔਰ ਤੇਗ ਦਾ ਧਨੀ ਹੋਵੇਗਾ। ਸਿਮਰ ਸਿਮਰ ਸੁਖ ਪਾਏ ਵਡੇਰਾ, ਔਰ ਐਸਾ ਪੁੱਤਰ ਹੋਵੇਗਾ ਜਿਹਦਾ ਪ੍ਰਤਾਪ ਸਾਰੀ ਦੁਨੀਆਂ 'ਤੇ ਛਾ ਜਾਏਗਾ। ਇਹ ਬਚਨ ਮਹਾਰਾਜ 9-6ਵੇਂ ਪਾਤਸ਼ਾਹ ਦੇ ਚੇਤੇ ਕਰ ਕਰਕੇ ਮਾਤਾ ਨਾਨਕੀ ਸੁੱਖ ਪਾਉਂਦੀ ਹੈ। ਵਾਰ ਵਾਰ ਤਬ ਸ਼੍ਰੀ ਮੁਖ ਹੀਰਾ, ਵਾਰ ਵਾਰ ਦਾਦੀ ਮਾਂ ਸਤਿਗੁਰੂ ਜੀ ਦੇ ਸੁਭਾਏ ਮਾਨ ਸੁੰਦਰ ਮੁਖ ਵੱਲ ਦੇਖਦੀ ਹੈ। ਆਤ ਸਪਰਸ਼ਤ ਸੁਤ ਕੇ ਸੁਤ ਕੋ, ਆਪਣੇ ਪੁੱਤਰ ਗੁਰੂ ਤੇਗ ਬਹਾਦਰ ਦੇ ਪੁੱਤਰ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਹੱਥਾਂ ਨਾਲ ਛੂੰਹਦੀ, ਉਹਦੀ ਪਿੱਠ ਤੇ, ਉਹਦੇ ਮੱਥੇ ਤੇ ਹੱਥ ਫੇਰ ਕੇ, ਮੂੰਹ ਚੁੰਮ ਕੇ ਮਾਤਾ ਪਿਆਰ ਕਰਦੀ ਹੈ। ਜੋ ਸੋਕ ਧਰ ਆਨੰਦ ਚਿਤ ਕੋ, ਜਿਹੜਾ ਸ਼ੋਕ ਮਨ ਚ ਪਿਆ ਹੋਇਆ ਸੀ ਉਹ ਤਿਆਗ ਦਿੱਤਾ ਤੇ ਹੁਣ ਮਨ ਥੋੜਾ ਸ਼ਾਂਤ ਹੋਇਆ, ਖੁਸ਼ ਹੋਇਆ ਹੈ। ਹੁਣ ਗੁਜਰੀ ਕੋ ਬੰਧਨ ਕਰੀ, ਫਿਰ ਕਲਗੀਧਰ ਜੀ ਉੱਠੇ ਨੇ ਤੇ ਮਾਤਾ ਗੁਜਰੀ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬੋਲੀ ਆਜ ਧਨ ਇਹ ਘੜੀ, ਤੇ ਮਾਤਾ ਗੁਜਰੀ ਦੇ ਮੂੰਹ ਤੋਂ ਬਚਨ ਨਿਕਲਿਆ ਅੱਜ ਦੀ ਘੜੀ ਧਨ ਹੈ, ਭਾਗਾਂ ਵਾਲੀ ਘੜੀ ਹੈ ਅੱਜ ਦੀ। ਵਾਰਤ ਸਿਰ ਪਰ ਧਨ ਕੀ ਥਾਤੀ, ਮਾਤਾ ਗੁਜਰੀ ਜੀ ਨੇ ਵੀ ਆਪਣੇ ਪੁੱਤਰ ਦੇ ਸਿਰ ਤੋਂ ਧਨ ਦੀ ਥੈਲੀ ਵਾਰ ਕੇ ਮੰਗਤਿਆਂ ਨੂੰ ਵੰਡਣ ਲਈ ਭੇਜ ਦਿੱਤੀ ਹੈ। ਕਰੀ ਹਰਖ ਭਰ ਸੀਤਲ ਛਾਤੀ, ਔਰ ਮਨ ਸ਼ਾਂਤ ਹੋਇਆ, ਠੰਡੀ ਹੋ ਗਈ ਛਾਤੀ ਪੁੱਤਰ ਵੱਲ ਵੇਖ ਕੇ। ਇਸ ਬਿਦ ਮਿਲ ਜੁਗ ਮਾਤਨ ਸਾਥ, ਇਸ ਤਰ੍ਹਾਂ ਸ੍ਰੀ ਕਲਗੀਧਰ ਮਹਾਰਾਜ ਆਪਣੀਆਂ ਦੋਵਾਂ ਮਾਤਾਵਾਂ ਨੂੰ ਮਿਲ ਕੇ ਬੈਠੇ ਅਪਰ ਥਾਨ ਪੁੰਨਨਾਥ, ਫਿਰ ਹੋਰ ਥਾਂ ਤੇ ਜਾ ਬੈਠੇ ਹਨ। ਅਨਕ ਬਿਦਨ ਕੇ ਭੋਜਨ ਬਣੇ, ਅਨੇਕਾਂ ਪ੍ਰਕਾਰ ਦੇ ਭੋਜਨ ਬਣੇ, ਸਵਾਦਿਸ਼ਟ ਲੰਗਰ ਬਣੇ ਸਨ। ਸਵਾਦਿਤ ਘਣੇ ਸਕਲ ਰਸ ਸਣੇ, ਬੜੇ ਸਵਾਦੀ ਭੋਜਨ ਬੜੇ ਰਸ ਦੇ ਨਾਲ ਬਣੇ ਹੋਏ। ਥਾਲ ਪਰੋਸਿਓ ਜੁਤ ਚਤੁਰਾਈ, ਬੜੇ ਸੋਹਣੇ ਢੰਗ ਨਾਲ ਰਸੋਈਆਂ ਨੇ ਥਾਲ ਪਰੋਸਿਆ, ਬੜੀ ਸੁੰਦਰਤਾ ਦੇ ਨਾਲ, ਸਵੱਛਤਾ ਦੇ ਨਾਲ ਲੰਗਰ ਤਿਆਰ ਕਰਕੇ ਫਿਰ ਉਸਨੂੰ ਪਰੋਸਣਾ ਵੀ ਕਲਾ ਹੁੰਦੀ, ਹਰ ਇੱਕ ਨੂੰ ਪਰੋਸਣਾ ਵੀ ਨਹੀਂ ਆਉਂਦਾ, ਲੰਗਰ ਵਰਤਾਉਣਾ ਵੀ। ਸਾਧ ਸੰਗਤ ਜੀ ਅੱਜ ਕੱਲ੍ਹ ਦੇਖਿਆ ਵੀ ਕਈਆਂ ਨੂੰ ਲੰਗਰ ਵਰਤਾਉਣਾ ਹੀ ਨਹੀਂ ਆਉਂਦਾ, ਪਹਿਲਾਂ ਕੀ ਵਰਤਾਉਣਾ, ਬਾਅਦ 'ਚ ਕੀ ਵਰਤਾਉਣਾ, ਇਹ ਚੰਗੇ ਰਸੋਈਆਂ ਕੋਲੋਂ ਸਿੱਖਣਾ ਚਾਹੀਦਾ। ਜਦੋਂ ਅਸੀਂ ਲੰਗਰ ਛਕਾਈਏ ਪਹਿਲਾਂ ਹੱਥ ਧੋਣੇ ਹਨ, ਤੌਲੀਏ ਨਾਲ ਸਾਫ਼ ਕਰਾਉਣੇ ਹਨ, ਫਿਰ ਬਰਤਨ ਵਰਤਾਉਣੇ ਹਨ, ਫਿਰ ਦਾਲਾਂ ਸਬਜ਼ੀਆਂ
ਖੀਰ ਕੜਾਹ ਪ੍ਰਸ਼ਾਦ ਜੋ ਵੀ ਪਾਉਣਾ ਹੈ, ਫਿਰ ਪ੍ਰਸ਼ਾਦੇ ਵਰਤਾਉਣੇ ਹਨ, ਫਿਰ ਜਲ ਦਾ ਵਰਤਾਰਾ ਦੇਣਾ, ਜੋ ਵੀ ਹੈ ਉਹ ਮਰਿਆਦਾ ਅਨੁਸਾਰ ਹੋਵੇ। ਸਤਿਗੁਰੂ ਸਾਹਿਬ ਜੀ ਨੂੰ ਬੜੀ ਸੁੰਦਰਤਾ ਸਵੱਛਤਾ ਨਾਲ ਥਾਲ ਪਰੋਸ ਕੇ ਰਸੋਈਆਂ ਨੇ ਲਾਂਗਰੀਆਂ ਨੇ ਲੰਗਰ ਛਕਾਇਆ ਹੈ। ਤੁਰਸ ਸਲਵਣ ਤਿਕਤ ਮਧੁਰਾਈ, ਮਿੱਠਾ ਸਲੂਣਾ ਤਿਕਤ ਖੱਟਾ ਮਿੱਠਾ, ਛੇ ਰਸਾਂ ਦਾ ਭੋਜਨ ਤਿਆਰ ਹੈ। ਭਲੇ ਅਛਾਦਨ ਕਰਕੇ ਲਿਆਇਓ, ਉੱਤੋਂ ਚੰਗੀ ਤਰ੍ਹਾਂ ਢੱਕ ਕੇ ਪ੍ਰਸ਼ਾਦਾ ਰੁਮਾ ਥਾਲ 'ਚ ਪਰੋਸ ਕੇ ਉੱਤੋਂ ਨੰਗਾ ਨਹੀਂ ਲੈ ਕੇ ਆਈਦਾ। ਜੇ ਪ੍ਰਸ਼ਾਦਾ ਦੇਣ ਵੀ ਆਈਏ ਕਿਸੇ ਨੂੰ ਤਾਂ ਵੀ ਉੱਤੋਂ ਢੱਕ ਕੇ ਕੋਈ ਮੱਖੀ ਆਦਿਕ ਨਾ ਬੈਠੇ। ਤੋ ਇਸ ਕਰਕੇ ਬੜੀ ਸੁੱਚਤਾ ਦੇ ਨਾਲ ਪਰੋਸ ਕੇ ਥਾਲ ਉੱਤੋਂ ਬਸਤਰ ਦੇ ਨਾਲ ਢੱਕ ਕੇ ਲਿਆਂਦਾ ਹੈ। ਚੌਂਕੀ ਪਰ ਗੁਰ ਅਗਰ ਟਿਕਾਇਓ, ਕਲਗੀਧਰ ਪਾਤਸ਼ਾਹ ਦੇ ਅੱਗੇ ਚੌਂਕੀ ਦੇ ਉੱਤੇ ਥਾਲ ਰੱਖ ਦਿੱਤਾ ਹੈ। ਪੰਚਵਤ ਭਏ ਸਵਾਦ ਕੋ ਪਾਏ, ਮਹਾਰਾਜ ਬੜੇ ਸਵਾਦ ਨਾਲ ਲੰਗਰ ਛਕਣ ਲੱਗੇ ਹਨ। ਬਖਸ਼ਿਓ ਪਾਚਕ ਧਨ ਸਮੁਦਾਏ, ਔਰ ਜਿਹੜਾ ਲੰਗਰ ਵਰਤਾਉਣ ਵਾਲਾ ਬਣਾਉਣ ਵਾਲਾ ਰਸੋਈਆ ਸੀ ਉਹਨੂੰ ਵੀ ਬਹੁਤ ਸਾਰੀ ਮਾਇਆ ਬਖਸ਼ਿਸ਼ ਕੀਤੀ ਹੈ। ਉਹ ਨਿਹਾਲ ਸੁਜਸ ਕੋ ਠਾਨਤ, ਉਹ ਵੀ ਮਹਾਰਾਜ ਤੋਂ ਦਾਨ ਲੈ ਕੇ ਬੜਾ ਖੁਸ਼ ਹੋਇਆ ਹੈ, ਕਿਉਂਕਿ ਜੇ ਲਾਂਗਰੀ ਦਾ ਰਸੋਈਏ ਦਾ ਸਤਿਕਾਰ ਕਰੀਏ ਨਾ ਉਹ ਖੁਸ਼ ਹੋ ਕੇ ਲੰਗਰ ਬਣਾਉਂਦਾ। ਅੱਜ ਕੱਲ੍ਹ ਸਾਧ ਸੰਗਤ ਜੀ, ਆ ਜਿਹੜਾ ਪਿਛਲੇ 100 ਸਾਲ ਤੋਂ ਸਿੱਖੀ ਦਾ ਪ੍ਰਚਾਰ ਹੋਇਆ ਨਾ, ਇਹ ਬਹੁਤ ਚੀਜ਼ਾਂ ਖਤਮ ਕਰਤੀਆਂ ਸਿੱਖੀ ਦੀਆਂ। ਕਹਿੰਦੇ ਅਸੀਂ ਬੜਾ ਸਿੱਖੀ ਦਾ ਬੋਲਬਾਲਾ ਕਰਤਾ, ਪਰ ਜਿੰਨਾ ਸਿੱਖੀ ਦਾ ਇਹਨਾਂ ਨੇ ਨੁਕਸਾਨ ਕੀਤਾ ਨਾ, ਕੁਛ ਨਹੀਂ ਛੱਡਿਆ ਸਾਡੇ ਪੱਲੇ। ਨਾ ਰਾਗੀ ਸਿੰਘਾਂ ਦਾ ਸਤਿਕਾਰ, ਨਾ ਢਾਡੀਆਂ ਦਾ, ਨਾ ਲਾਂਗਰੀਆਂ ਦਾ, ਨਾ ਨਿਸ਼ਾਨਚੀਆਂ ਦਾ, ਨਾ ਨਗਾਰਿਆਂ ਦਾ, ਨਾ ਦੇਗੀਏ ਸਿੰਘਾਂ ਦਾ। ਇਹ ਪਤਾ ਹੀ ਨਹੀਂ ਮਰਿਆਦਾ ਦਾ, ਕਿਵੇਂ ਕੋਈ ਆਉਂਦਾ ਉਹਨੂੰ ਕਿਵੇਂ ਘਰ ਆ, ਇਹਨੂੰ ਕਿਵੇਂ ਬੁਲਾਉਣਾ, ਕਿਵੇਂ ਬਿਠਾਉਣਾ, ਮਾਣ ਸਤਿਕਾਰ ਕਰਨਾ, ਜਾਂਦੇ ਨੂੰ ਕਿਵੇਂ ਤੋਰਨਾ, ਇਹ ਚੀਜ਼ਾਂ ਦੀ ਪਰੰਪਰਾ ਮਰਿਆਦਾ ਪੁਰਾਤਨ ਸੰਪਰਦਾਵਾਂ ਵਿੱਚ ਸੀ, ਅਜੋਕੇ ਸਿੱਖਾਂ ਵਿੱਚ ਕੁਛ ਨਹੀਂ ਰਿਹਾ। ਲਾਂਗਰੀ ਨੂੰ ਵੀ ਕੁਛ ਮਾਇਆ ਦੇਣੀ ਚਾਹੀਦੀ, ਲੰਗਰ ਪਕਾਉਂਦਾ ਹੈ, ਉਹ ਸੇਵਾ ਕਰਦਾ, ਉਹਦਾ ਮਾਣ ਸਨਮਾਨ ਹੀ ਹੈ, ਕੋਈ ਰੱਜਦਾ ਨਹੀਂ ਕਿਸੇ ਦੇ ਦੇਣ ਨਾਲ, ਪਰ ਇੱਕ ਸਨਮਾਨ ਹੁੰਦਾ, ਮਾਣ ਹੁੰਦਾ ਵੀ ਗੁਰੂ ਕਾ ਲਾਂਗਰੀ ਹੈ, ਇਹ ਲੰਗਰ ਬਣਾ ਰਿਹਾ, ਵਰਤਾ ਰਿਹਾ, ਇਹਨੂੰ ਵੀ 150 ਦਾ ਮੱਥਾ ਟੇਕੀਏ। ਸੋ ਇਸ ਤਰ੍ਹਾਂ ਗੁਰੂ 10ਵੇਂ ਪਾਤਸ਼ਾਹ ਨੇ ਲਾਂਗਰੀ ਨੂੰ ਮਾਇਆ ਦਿੱਤੀ ਹੈ ਅਤੇ ਲਾਂਗਰੀ ਬੜਾ ਖੁਸ਼ ਹੋਇਆ ਹੈ। ਜਹ ਕੈ ਸੰਗਤ ਵਿਖੈ ਬਖਾਨਤ, ਔਰ ਉਹ ਲਾਂਗਰੀ ਗੁਰੂ ਕੀਆਂ ਮੈਂ ਸੰਗਤਾਂ ਨੂੰ ਵੀ ਦੱਸਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਦਾਨੀ ਕੋਈ ਨਹੀਂ। ਜਦੋਂ ਗੁਰੂ ਘਰ ਤੋਂ ਬਖਸ਼ਾਂ ਮਿਲਣਗੀਆਂ ਨਾ ਅਤੇ ਵਡਿਆਈ ਵੀ ਮਿਲੇਗੀ, ਸੋਭਾ ਵੀ ਮਿਲੇਗੀ। ਅਤੇ ਸਾਧ ਸੰਗਤ ਜੀ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਮਰਿਆਦਾ ਕਾਇਮ ਕੀਤੀ, ਲਾਂਗਰੀ ਨੂੰ ਮਾਇਆ ਦੇ ਕੇ ਰਾਗੀਆਂ ਨੂੰ, ਢਾਡੀਆਂ ਨੂੰ, ਕਵੀਆਂ ਨੂੰ, ਜਿਹੜੇ ਗੁਰੂ ਘਰ 'ਚ ਕਲਾਵਾਨ ਗੁਣੀ ਕਿਸੇ ਤਰ੍ਹਾਂ ਦਾ ਵੀ ਕੋਈ ਗੁਣ ਸਿੱਖਦੇ ਸਨ ਜਾਂ ਜਾਣਦੇ ਸਨ, ਉਹਨਾਂ ਨੂੰ ਮਹਾਰਾਜ ਨੇ ਮਾਣ ਸਨਮਾਨ ਦਿੱਤਾ ਹੈ। ਬਹੁਰ ਦੇਗ ਸਭ ਮਹਿ ਵਰਤਾਈ, ਪਹਿਲਾਂ ਗੁਰੂ ਸਾਹਿਬ ਨੂੰ ਲੰਗਰ ਛਕਾਇਆ, ਫਿਰ ਸਾਰੀ ਸੰਗਤ ਨੂੰ ਲੰਗਰ ਵਰਤਾਇਆ ਗਿਆ ਹੈ। ਆਵੇ ਛੋਲੇ ਤ੍ਰਿਪਤਾਈ, ਜਿਹੜਾ ਵੀ ਆਉਂਦਾ ਉਹ ਰੱਜ ਕੇ ਛਕੇ। ਗੁਰੂ ਕਾ ਲੰਗਰ ਸਾਰਿਆਂ ਲਈ ਖੁੱਲ੍ਹਾ, ਅੱਠੇ ਪੈਰ ਖੁੱਲ੍ਹਾ ਹੈ। ਸਵਾਦਲ ਭੋਜਨ ਖਾਏ ਕਨੇਰੇ, ਬੜੇ ਸਵਾਦਿਸ਼ਟ ਭੋਜਨ, ਵਧੀਆ ਵਧੀਆ ਪੱਕੇ ਭੋਜਨ ਪਕਵਾਨ ਬਣਾਏ ਗਏ ਨੇ, ਸਾਰੀਆਂ ਸੰਗਤਾਂ ਛਕ ਰਹੀਆਂ ਨੇ। ਟੋਟ ਨਾ ਜਿਸ ਕੀ ਖਰਚ ਵਡੇਰੇ, ਕਹਿੰਦੇ ਗੁਰੂ ਕਾ ਲੰਗਰ ਅਟੁੱਟ ਵਰਤਦੇ ਆ, ਖਰਚਾ ਬਹੁਤ ਹੈ, ਹਜ਼ਾਰਾਂ ਲੋਕ ਛਕਦੇ ਨੇ ਪਰ ਤੋੜ ਨਾ ਆਵੇ
ਵਧਦੋ ਜਾਈ ਦੇ ਮਹਾਂਵਾਕ ਅਨੁਸਾਰ ਗੁਰੂ ਨਾਨਕ ਦਾ ਲੰਗਰ ਅਖੁੱਟ ਵਰਤਦਾ ਹੈ। ਵਰਤਨ ਲਗੀ ਦੁਪਹਿਰੇ ਕਾਲਾ, ਦੁਪਹਿਰ ਦਾ ਦੇਗ ਲੰਗਰ ਵਰਤਣਾ ਸ਼ੁਰੂ ਹੋਇਆ। ਦੇਤ ਲੇਤ ਨਰ ਆਵਤ ਜਾਲਾ, ਲੋਕ ਆਈ ਜਾਂਦੇ ਜਾਈ ਜਾਂਦੇ ਛਕਦੇ ਆ, ਗੁਰੂ ਕੇ ਲੰਗਰਾਂ ਚ ਕਮੀ ਨਹੀਂ ਆਉਂਦੀ। ਜਾਮ ਨਿਸਾ ਲਗਤ ਸੀ ਪ੍ਰਕਾਰਾ, ਰਾਤ ਦੇ 10-11 ਵਜੇ ਤੱਕ ਲਗਾਤਾਰ ਲੰਗਰ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਸਿੱਖ ਸੰਗਤ ਅਚਵਤ ਆਹਾਰਾ, ਰਾਤ 10-11 ਵਜੇ ਤੱਕ ਛੱਕ ਕੇ ਫੇਰ ਲੋਕ ਸੌ ਜਾਂਦੇ ਹਨ। ਦਿਨ ਪ੍ਰਤ ਰੀਤ ਇਹੀ ਠਹਿਰਾਈ, ਹਰ ਸਮੇਂ ਇਹ ਮਰਿਆਦਾ ਜਿਹੜੀ ਗੁਰੂ ਘਰ ਦੀ ਚੱਲੀ ਹੈ, ਦਿਨੋ ਦਿਨ ਵਧਦੀ ਜਾ ਰਹੀ ਹੈ। ਲੰਗਰ ਜਿਹੜਾ ਸਭ ਸੰਗਤਾਂ ਛਕਦੀਆਂ ਨੇ, ਔਰ ਬਿਨਾਂ ਵਿਤਕਰੇ ਦੇ, ਜਾਤ ਪਾਤ ਦਾ ਵਿਤਕਰਾ ਨਹੀਂ ਕਰਦੇ, ਮਜ੍ਹਬ ਦਾ ਹਿੰਦੂ ਮੁਸਲਮਾਨ ਦਾ ਵਿਤਕਰਾ ਨਹੀਂ ਕਰਦੇ, ਹਰ ਇਨਸਾਨ ਨੂੰ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਲੰਗਰ ਛਕ ਕੇ ਜਾਣਾ, ਗੁਰੂ ਘਰ ਚੋਂ ਕੋਈ ਭੁੱਖਾ ਪਿਆਸਾ ਨਿਰਾਸਾ ਨਾ ਜਾਵੇ। ਸੰਗਤ ਆਏ ਵਧਤ ਅਧਕਾਈ, ਸੰਗਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਈ ਜਾਂਦੀ ਹੈ, ਰੋਜ਼ ਵਧਦੀ ਜਾਂਦੀ। ਅੱਜ 1000 ਆਇਆ, ਕੱਲ 2000, ਪਰਸੋਂ 5000, 10-10 ਹਜ਼ਾਰ ਸੰਗਤਾਂ ਆ ਜਾਂਦੀਆਂ, 50-50 ਹਜ਼ਾਰ ਸੰਗਤ ਦਾ ਇਕੱਠ ਹੋ ਜਾਂਦਾ। ਮਹਾਰਾਜ ਦਾ ਲੰਗਰ ਅਤੁੱਟ ਹੀ ਵਰਤਦਾ ਰਹਿੰਦਾ। ਦੇਸਾਂ ਵਿਦੇਸਾਂ 'ਚ ਖਬਰ ਜਿਉਂ ਜਿਉਂ ਫੈਲਦੀ ਜਾ ਰਹੀ ਹੈ, ਕਿਉਂਕਿ ਉਦੋਂ ਅੱਜ ਕੱਲ੍ਹ ਵਰਗਾ ਮੀਡੀਆ ਨਹੀਂ ਸੀ, ਔਰ ਸਾਧ ਸੰਗਤ ਜੀ ਉਸ ਵੇਲੇ ਖਬਰ ਕੰਨੋ ਕੰਨੀ ਪਹੁੰਚਿਆ ਕਰਦੀ ਸੀ, ਅਖਬਾਰਾਂ ਵੀ ਨਹੀਂ ਸਨ। ਪਿੰਡਾਂ ਵਿੱਚ ਹੌਲੇ ਹੌਲੇ ਗਾਂ ਦੀ ਗਾਂ ਖਬਰ ਪਹੁੰਚਦੀ ਗਈ ਵੀ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋ ਗਏ ਨੇ, ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਖ਼ਤ 'ਤੇ ਬਿਰਾਜਮਾਨ ਹੋਏ ਨੇ, ਉਹਨਾਂ ਦੇ ਦਰਸ਼ਨ ਕਰੀਏ। ਸੰਗਤਾਂ ਜਥੇ ਬੰਨ ਬੰਨ ਕੇ, ਕੋਈ ਮਾਝੇ 'ਚੋਂ, ਕੋਈ ਮਾਲਵੇ 'ਚੋਂ, ਕੋਈ ਦੁਆਬੇ 'ਚੋਂ, ਕੋਈ ਧੰਨੀ ਕੇਪ 'ਚੋਂ, ਕੋਈ ਲੰਮੇ ਦੇਸ 'ਚੋਂ, ਕੋਈ ਪੁਆਧ 'ਚੋਂ, ਕੋਈ ਬਾਂਗਰ 'ਚੋਂ, ਕੋਈ ਖਾਦਰ 'ਚੋਂ, ਪਟਨੇ ਵੱਲੋਂ ਵੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆ ਰਹੀਆਂ ਨੇ। ਚਲੇ ਆਏ ਸਿੱਖਣ ਗਨ ਤਿਉਂ ਤਿਉਂ, ਸਿੱਖਾਂ ਦੇ ਗਨ ਜਥੇ ਟੁਰ ਸਮੂਹ ਗੱਡਿਆਂ 'ਤੇ, ਰੇਹੜਿਆਂ 'ਤੇ, ਪੈਦਲ ਘੋੜਿਆਂ 'ਤੇ, ਜਿਵੇਂ ਜਿਵੇਂ ਕਿਸੇ ਦਾ ਕੋਈ ਵਸੀਲਾ ਹੈ, ਉਹ ਸੰਗਤਾਂ ਕੋਈ ਜਥੇ ਬੰਨ ਕੇ ਆਉਂਦੀਆਂ ਨੇ, ਕੋਈ ਇਕੱਲੇ ਦੁਕੱਲੇ ਵੀ ਆ ਜਾਂਦੇ ਨੇ। ਜੋ ਮਸੰਦ ਜਿਸ ਯੋਗ ਬੜਾਈ, ਜਿਹੜੇ ਜਿਹੜੇ ਮਸੰਦ ਸੰਗਤਾਂ ਨੂੰ ਲੈ ਕੇ ਆਉਂਦੇ ਨੇ, ਉਹਨਾਂ ਦੇ ਮਾਣ ਸਨਮਾਨ ਦਾ ਗੁਰੂ ਸਾਹਿਬ ਬਹੁਤ ਖਿਆਲ ਰੱਖਦੇ ਨੇ। ਸਿਰੇ ਪਾਓ ਦੇ ਕਰਤ ਵਿਦਾਈ, ਉਹਨਾਂ ਨੂੰ ਸਿਰੋਪੇ ਦੇ ਕੇ ਯਥਾ ਯੋਗ ਵਡਿਆਈ ਦੇ ਕੇ ਤੋਰਦੇ ਨੇ। ਤਿਮ ਸਿੱਖਣ ਕੋ ਦੇਤ ਹਕਾਰਤ, ਇੱਦਾਂ ਸਿੱਖਾਂ ਨੂੰ ਵੀ ਬੁਲਾ ਕੇ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਨੇ। ਕਰ ਕਰ ਬੰਧਨ ਸਦਨ ਸਿਧਾਰਤ, ਔਰ ਉਹ ਵੀ ਸਾਰੇ ਮਹਾਰਾਜ ਨੂੰ ਮੱਥਾ ਟੇਕ ਕੇ ਆਪਣੇ ਆਪਣੇ ਨਗਰਾਂ ਘਰਾਂ ਨੂੰ ਜਾਂਦੇ ਨੇ। ਨਿਤ ਅਨੇਕ ਆਵਤ ਗਨ ਜਾਤ, ਕਹਿੰਦੇ ਨੇਤਾ ਪ੍ਰਤੀ ਅਨੇਕਾਂ ਹੀ ਸੰਗਤਾਂ ਆਉਂਦੀਆਂ ਨੇ, ਅਨੇਕਾਂ ਹੀ ਸੰਗਤਾਂ ਜਾਂਦੀਆਂ ਨੇ, ਗੁਰੂ ਘਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ। ਸਭ ਦੇਸਨ ਮੈਂ ਭੇਬ ਖਿਆਤ, ਸਾਰੇ ਇਲਾਕਿਆਂ ਵਿੱਚ, ਸਾਰੇ ਦੇਸ਼ਾਂ ਵਿੱਚ, ਹਿੰਦੁਸਤਾਨ ਵਿੱਚ, ਦੂਰ ਦੂਰ ਕਾਬਲ ਕੰਧਾਰ ਤਾਈਂ ਇਹ ਗੱਲ ਪਹੁੰਚ ਗਈ। ਦਸਵੇਂ ਪਾਤਸ਼ਾਹ ਗੁਰ ਹੋਇਓ, ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਗੱਦੀ 'ਤੇ ਹੁਣ ਬੈਠੇ ਹਨ, ਜਿਹੜੀ ਪਾਤਸ਼ਾਹੀ 9ਵੀਂ ਜੋਤੀ ਜੋਤ ਸਮਾ ਕੇ ਗੁਰਤਾ ਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਗਏ ਹਨ। ਪਿਤਾ ਜੀ ਨੇ ਆਪਣਾ ਸੀਸ ਦੇ ਕੇ ਤੁਰਕਾਂ ਦਾ ਨਾਸ ਕਰ ਦਿੱਤਾ, ਤੁਰਕਾਂ ਦੀ ਜੜ ਪੁੱਟ ਦਿੱਤੀ ਹੈ। ਥੋੜ੍ਹੇ ਸਮੇਂ ਨੂੰ ਹਿੰਦੁਸਤਾਨ ਵਿੱਚ ਮੁਗਲਾਂ ਦਾ ਰਾਜ ਨਹੀਂ ਰਹੇਗਾ। ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਗੱਲ ਦੀ ਸ਼ੁਰੂਆਤ ਕਰ ਗਏ ਹਨ। ਸਾਂਗ ਰਾਤ ਲਗ ਅਵਨੀ ਸਾਰੀ, ਸੋ ਸਾਗਰ ਅੰਤ ਤੱਕ, ਜਿੱਥੇ ਤੱਕ ਸਮੁੰਦਰ ਹੈ,
ਜਿੰਨੀ ਧਰਤੀ ਹੈ। ਪੁਰ ਗ੍ਰਾਮਣ ਜਹਿ ਸਿੱਖੀ ਧਾਰੀ, ਪਿੰਡਾਂ ਨਗਰਾਂ ਸ਼ਹਿਰਾਂ ਟਾਪੂਆਂ ਵਿੱਚ ਵੀ ਜਿੱਥੇ ਸਿੱਖੀ ਹੈ, ਸਮੁੰਦਰ ਦੇ ਟਾਪੂਆਂ ਵਿੱਚ ਵੀ ਜਿਹੜੇ ਸਿੱਖ ਰਹਿੰਦੇ ਹਨ, ਹੌਲੇ ਹੌਲੇ ਉਹਨਾਂ ਕੋਲ ਵੀ ਇਹ ਹੁਕਮਨਾਮੇ ਇਹ ਖਬਰਾਂ ਪਹੁੰਚੀਆਂ ਹਨ। ਹੁਣ ਸਭ ਕੋ ਚਿਤ ਚੌਂਪ ਉਮੰਗੀ, ਸਾਰੀ ਦੁਨੀਆਂ ਨੂੰ ਇਹ ਖਬਰ ਸੁਣ ਕੇ ਬੜਾ ਚਾਹ ਚੜਿਆ ਵੀ ਚਲੋ ਆਨੰਦਪੁਰ ਸਾਹਿਬ ਦਰਸ਼ਨ ਕਰੀਏ। ਬ੍ਰਿੰਦਨ ਬ੍ਰਿੰਦ ਆਏ ਸਤਸੰਗੀ, ਸਤਸੰਗੀ ਹਜ਼ਾਰਾਂ ਦੀ ਤਾਦਾਦ ਵਿੱਚ ਆ ਰਹੇ ਨੇ, ਵੱਧ ਚੜ ਕੇ ਆ ਰਹੇ ਨੇ। ਇੱਕ ਆਵਤ ਮਿਲਤੇ ਇੱਕ ਜਾਤੇ, ਇੱਕ ਸੰਗਤਾਂ ਆ ਰਹੀਆਂ ਨੇ, ਇੱਕ ਦਰਸ਼ਨ ਕਰਕੇ ਮਿਲ ਗਿਲ ਕੇ ਵਾਪਸ ਜਾ ਰਹੀਆਂ ਨੇ। ਚਿਤ ਪ੍ਰਸੰਨ ਬੂਝਤ ਗੁਰਬਾਤੇ, ਗੁਰੂ ਸਾਹਿਬ ਜੀ ਕੋਲੋਂ ਬੜੀ ਖੁਸ਼ੀ ਨਾਲ ਗੱਲਬਾਤ ਪੁੱਛਦੇ ਨੇ, ਮਹਾਰਾਜ ਵੀ ਉਹਨਾਂ ਸਾਰਿਆਂ ਦਾ ਸੁੱਖ ਸ਼ਾਂਤ ਪੁੱਛਦੇ ਨੇ। ਕੋਈ ਵੀ ਸਿੱਖ ਮਹਾਰਾਜ ਦੇ ਦਰ ਤੋਂ ਨਿਰਾਸ਼ ਨਹੀਂ ਜਾਂਦਾ, ਮਹਾਰਾਜ ਸਭ ਨੂੰ ਪਿਆਰ ਕਰਦੇ ਨੇ। ਕਹਿੰਦੇ ਇੱਕ ਮਹਾਰਾਜ ਦਾ ਜਸ ਕਰਦੇ ਨੇ, ਇੱਕ ਮਹਾਰਾਜ ਦਾ ਜਸ ਸੁਣਦੇ ਨੇ, ਕਹਿਣ ਵਾਲੇ ਵੀ ਸੁਣਨ ਵਾਲੇ ਵੀ ਬੜਾ ਆਨੰਦ ਮਾਣਦੇ ਨੇ। ਸਿਮਰ ਸਿਮਰ ਪਗ ਪੰਕਜ ਬੰਦਤ, ਮਹਾਰਾਜ ਦੇ ਚਰਨਾਂ ਨੂੰ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਗੁਰੂ ਸਾਹਿਬ ਜੀ ਨੂੰ ਯਾਦ ਕਰ ਕਰਕੇ ਗੁਰੂ ਕੇ ਸਿੱਖ ਬੜੇ ਹੀ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ। ਧੀਰਜ ਧਰਨੀ ਕੇ ਸਮ ਧਰਨੀ, ਧੰਨ ਸ੍ਰੀ ਗੁਰੂ ਤੇਗ ਬਹਾਦਰ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਐਡਾ ਧੀਰਜ ਐਡਾ ਹੌਂਸਲਾ ਸੰਸਾਰ ਤੇ ਕਿਸੇ ਦਾ ਨਹੀਂ ਵੇਖਿਆ। ਧਰਤੀ ਵਰਗਾ ਧੀਰਜ, ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉਂ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ, ਧਰਤੀ ਵਰਗਾ ਧੀਰਜ ਰੱਖਦੇ ਹਨ। ਅਜਮਤ ਸਿੰਧ ਅਜਰਨੀ ਜਰਨੀ, ਅਜਮਤ ਕਰਾਮਾਤਾਂ ਦਾ ਸਮੁੰਦਰ ਗੁਰੂ ਸਾਹਿਬ ਦੇ ਕੋਲ, ਕੋਈ ਅੰਤ ਨਹੀਂ ਗੁਰੂ ਸਾਹਿਬ ਦੀਆਂ ਕਰਾਮਾਤਾਂ ਦਾ, ਗੁਰੂ ਸਾਹਿਬ ਦੀਆਂ ਸ਼ਕਤੀਆਂ ਦਾ। ਪਰ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਅਜਰ ਨੂੰ ਜਰ ਲੈਂਦੇ, ਤਾਕਤ ਹੋਵੇ ਤੇ ਉਹਨੂੰ ਜਰ ਲੈਣਾ ਬੜਾ ਔਖਾ ਹੈ, ਮਹਾਰਾਜ ਅਜਰ ਨੂੰ ਜਰ ਲੈਂਦੇ ਹਨ। ਅਸ ਕਰਨੀ ਕਰਨੀ ਕਿਸ ਔਰ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇੰਨੀਆਂ ਕਰਾਮਾਤਾਂ ਸ਼ਕਤੀਆਂ ਦੇ ਹੁੰਦਿਆਂ ਵੀ ਆਪਣੀ ਜਾਨ ਬਚਾਉਣ ਲਈ ਕਰਾਮਾਤ ਨਹੀਂ ਦਿਖਾਈ। ਸਾਰਾ ਕੁਝ ਕਰ ਸਕਦੇ ਸਨ, ਪਰ ਗੁਰੂ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇਣੀ ਪ੍ਰਵਾਨ ਕਰ ਲਈ, ਪਰਮੇਸ਼ਰ ਦੇ ਭਾਣੇ ਵਿੱਚ ਕਰਾਮਾਤ ਦਿਖਾਉਣ ਨੂੰ ਕਹਿਰ ਸਮਝਿਆ। ਗੁਰੂ ਸਾਹਿਬ ਜੀ ਤੋਂ ਬਿਨਾਂ ਐਸੀ ਕਰਨੀ ਹੋਰ ਕੋਈ ਨਹੀਂ ਕਰ ਸਕਦਾ। ਗੁਰੂ ਨਵ ਸੋਢੀ ਸਿਰ ਮੌਰ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਨੌਵੇਂ ਪਾਤਸ਼ਾਹ ਦੇ ਦਸਵੇਂ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਜੀ ਨੇ ਜੋ ਕੌਤਕ ਕਰਕੇ ਵਿਖਾਏ ਨੇ ਦੁਨੀਆਂ ਨੂੰ, ਉਹਦੀ ਹੋਰ ਕਿਤੇ ਮਿਸਾਲ ਨਹੀਂ ਹੈ। ਤੇਜ ਪੁੰਜ ਨੰਦਨ ਜਿਨ ਕੇਰੋ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਆਪ ਧਰਮ ਦੀ ਤੁਜਾ ਸਨ, ਉਹਨਾਂ ਦੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇਜ ਪੁੰਜ ਹਨ, ਸ਼ਕਤੀ ਦੇ ਮਾਲਕ ਹਨ, ਖਜ਼ਾਨੇ ਹਨ, ਭੰਡਾਰੇ ਹਨ ਕਰਾਮਾਤਾਂ ਦੇ। ਅਲਪ ਬੈਸ ਮੈਂ ਦਿਪਤ ਵਡੇਰੋ, ਛੋਟੀ ਉਮਰ ਵਿੱਚ ਇੰਨਾ ਪ੍ਰਭਾਵ ਹੈ, ਇੰਨਾ ਤੇਜ ਪ੍ਰਤਾਪ ਉਹਨਾਂ ਦਾ ਦਿਪਤ ਪ੍ਰਗਟ ਹੋ ਰਿਹਾ ਹੈ ਸੰਸਾਰ ਵਿੱਚ। ਗੁਰ ਕੀ ਗਤ ਕਛ ਲਖੀ ਨ ਜਾਵੇ, ਗੁਰੂ ਦੀ ਗਤ ਕੋਈ ਨਹੀਂ ਜਾਣਦਾ, ਪ੍ਰਭ ਕੀ ਗਤ ਨੇ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ। ਸੰਸਾਰ ਦੀ ਕੋਈ ਵੀ ਤਾਕਤ ਐਸੀ ਨਹੀਂ ਜਿਹੜੀ ਗੁਰੂ ਦੀ ਗਤ ਨੂੰ ਜਾਣ ਸਕਦੀ ਹੋਵੇ। ਦੇਖ ਜਗਤ ਸਗਰੋ ਬਿਸਮਾਵੇ, ਸਾਰਾ ਜਗਤ ਹੀ ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ। ਇਤਿਆਦਿਕ ਸਭ ਸੰਗਤ ਮਾਹੀ, ਇਸ ਤਰ੍ਹਾਂ ਸਾਰੀ ਸੰਗਤ ਦੇ ਵਿੱਚ ਸਾਧ ਸੰਗਤ ਜੀ ਇਹ ਚਰਚਾ ਹੈ,
ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਹੀ ਗੁਣਾਂ ਦੇ ਇੱਕ ਸਾਗਰ ਹਨ। ਬਹੁਤ ਵਾਰਤਾਲਾਪ ਮਹਾਹੀ, ਥਾਂ ਥਾਂ ਤੇ ਗੁਰੂ ਕਲਗੀਧਰ ਜੀ ਦੀਆਂ ਸਿਫਤਾਂ ਵਡਿਆਈਆਂ ਹੋ ਰਹੀਆਂ ਨੇ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਘਰ ਘਰ ਬਾਬਾ ਗਾਵੀ ਹੈ, ਘਰ ਘਰ ਗੁਰੂ ਮਹਾਰਾਜ ਦਸਵੇਂ ਪਾਤਸ਼ਾਹ ਦਾ ਜਸ ਹੋ ਰਿਹਾ ਹੈ। ਸੰਗਤ ਸਾਰੇ ਪਾਸਿਓਂ, ਉੱਤਰ ਦੱਖਣ ਪੂਰਬ ਪੱਛਮ ਤੋਂ ਸੰਗਤਾਂ ਉਮੜ ਉਮੜ ਕੇ ਚਲੀਆਂ ਆਉਂਦੀਆਂ ਨੇ। ਅਨੰਦਪੁਰ ਉਤਰ ਹੈ ਪੰਗਤ, ਸ੍ਰੀ ਅਨੰਦਪੁਰ ਸਾਹਿਬ ਆ ਕੇ ਡੇਰਾ ਕਰਦੀਆਂ ਨੇ। ਗੁਰੂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰਦੀਆਂ ਨੇ, ਗੁਰੂ ਕੀ ਪੰਗਤ ਚ ਬਹਿ ਕੇ ਲੰਗਰ ਛਕਦੀਆਂ ਨੇ। ਬੜੀ ਭੀੜ ਜਗ ਹੂੰ ਹੋਏ ਜਾਏ, ਜਦੋਂ ਸੰਗਤ ਦੀ ਬਹੁਤ ਭੀੜ ਹੋ ਜਾਂਦੀ ਇਕੱਠੀ, ਸਿੱਖ ਸਕੇਲਨ ਹੋਏ ਸਮੁਦਾਇ, ਸਾਰੇ ਸਿੱਖ ਇਕੱਠੇ ਹੋ ਜਾਂਦੇ ਆ ਮਹਾਰਾਜ ਦੇ ਕੋਲ। ਸੇਵਕ ਕਰਹਿ ਜਨਾਵਨ ਫੇਰ, ਫਿਰ ਸਿੱਖ ਸੇਵਕ ਮਹਾਰਾਜ ਨੂੰ ਬੇਨਤੀ ਕਰਦੇ ਹਨ, ਮਹਾਰਾਜ ਨੂੰ ਅਰਦਾਸ ਕਰਦੇ ਹਨ, ਜੋਦੜੀ ਕਰਦੇ ਹਨ, ਜਣਾਉਂਦੇ ਹਨ, ਦੱਸਦੇ ਹਨ। ਮਹਾਰਾਜ ਸੰਗਤ ਬਹੁਤ ਆ ਗਈ ਹੈ ਦਰਸ਼ਨਾਂ ਵਾਸਤੇ। ਬਸਤਰ ਸ਼ਸਤਰ ਨਿਜ ਅੰਗ ਸਜਾਵੇ ਹੈ, ਫਿਰ ਗੁਰੂ ਸਾਹਿਬ ਸੋਹਣੇ ਬਸਤਰ ਤੇ ਸ਼ਸਤਰ ਆਪਣੇ ਕਮਰ ਕਸੇ ਵਿਚ ਸਜਾਉਂਦੇ ਹਨ। ਖੜਗ ਧਨੁੱਖ ਸਰ ਧਰ ਕਰ ਆਵੇ, ਮੋਢੇ ਤੇ ਤੀਰ ਕਮਾਨ, ਤੀਰਾਂ ਦਾ ਪੱਥਾ, ਗਾਤਰੇ ਢਾਲ ਤਲਵਾਰ, ਪੇਸ਼ ਕਬਜ ਖੰਜਰ, ਬਿਸ਼ੂਆ ਬੁਗਦਾ ਆਦਿਕ ਸ਼ਸਤਰ ਪਹਿਨ ਕੇ, ਕਲਗੀ ਧਰ ਤੋੜਾ ਲਾ ਕੇ ਆਉਂਦੇ ਅੰਦਰ ਬਾਰ ਦੇ ਸਜ ਧਜ ਕੇ। ਵਹਿਰ ਸਿੰਘਾਸਨ ਪਰ ਥਿਰ ਹੋਏ, ਔਰ ਬਾਹਰ ਖੁੱਲੇ ਦੀਵਾਨ ਸਿੰਘਾਸਨ ਤੇ ਬੈਠ ਜਾਂਦੇ ਹਨ। ਸੰਗਤ ਸਭ ਕੋਈ, ਜਿੱਥੇ ਸਭ ਕੋਈ ਹਰ ਕੋਈ ਇਸ ਗੁਰੂ ਕਾ ਪਿਆਰਾ, ਗੁਰੂ ਕੀ ਸੰਗਤ ਮਹਾਰਾਜ ਦੇ ਦਰਸ਼ਨ ਕਰਦੀ ਹੈ। ਕਰਹਿ ਮੇਵੜਾ ਸਭ ਮਹਿ ਫੇਰਾ, ਔਰ ਮੇਵੜਾ ਸਾਰਿਆਂ ਡੇਰਿਆਂ ਵਿਚ ਗੇੜਾ ਮਾਰ ਕੇ ਆਉਂਦਾ ਹੈ। ਸਿੱਖ ਵਿਦੇਸ਼ਨ ਕੋ ਜਹ ਡੇਰਾ, ਜਿੱਥੇ ਵਿਦੇਸ਼ੀ ਸਿੱਖਾਂ ਦੇ ਡੇਰੇ ਹੁੰਦੇ ਨੇ, ਮੇਵੜਾ ਉੱਥੇ ਸੰਗਤ ਨੂੰ ਦੱਸਣ ਵੀ ਜਾਂਦਾ ਹੈ। ਗੁਰਆਨ ਸਿੰਘਾਸਨ ਰਾਜੇ, ਭਾਈ ਸਿੱਖੋ, ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਦੀਵਾਨ ਸਜ ਗਿਆ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਜੀ ਤਖਤ ਤੇ ਆ ਕੇ ਬੈਠ ਗਏ ਹਨ। ਜਿਨਕੇ ਦਰਸ ਬਿਘਨ ਅਗ ਭਾਜੇ, ਜਿਨ੍ਹਾਂ ਦੇ ਦਰਸ਼ਨਾਂ ਦੇ ਨਾਲ ਸਾਰੇ ਬਿਘਨਾਂ ਦਾ, ਪਾਪਾਂ ਦਾ ਨਾਸ ਹੋ ਜਾਂਦਾ ਹੈ। ਲਖਤ ਸਭ ਚੱਲ ਕਰ ਆਵੋ, ਭਾਈ ਜਿਨ੍ਹਾਂ ਨੂੰ ਦਰਸ਼ਨਾਂ ਦੀ ਇੱਛਾ ਹੈ, ਆ ਜਾਓ ਭਾਈ, ਦਰਸ਼ਨ ਕਰ ਲਵੋ। ਮਾਨਸ ਜਨਮ ਲਾਭ ਕੋ ਪਾਵੋ, ਆਪਣੇ ਮਨੁੱਖਾ ਜਨਮ ਦਾ ਲਾਭ ਲੈ ਲਓ, ਲਾਹ ਖੱਟ ਲਓ। ਜੇ ਕਾਮਨਾ ਜੇ ਕਿਮ ਧਰੋ, ਜੇ ਮਨ ਵਿੱਚ ਕੋਈ ਕਾਮਨਾ ਕੋਈ ਇੱਛਾ ਰੱਖਦੇ ਹੋ, ਬੇਨਤੀ ਪੂਰਨ ਕਰੋ, ਉਹ ਵੀ ਬੇਨਤੀ ਕਰਕੇ ਆਪਣੀ ਇੱਛਾ ਪੂਰੀ ਕਰ ਲਵੋ। ਜੋ ਮੰਗੋਗੇ ਮਿਲੇਗਾ ਭਾਈ, ਗੁਰੂ ਦੇ ਉੱਤੇ ਸ਼ਰਧਾ ਰੱਖੋ। ਇਮ ਸੁਧ ਸਭ ਕੋ ਦੇਤ ਸੁਣਾਏ, ਇਸ ਤਰ੍ਹਾਂ ਮਹਾਰਾਜ ਦੇ ਭੱਟ ਨਕੀਬ ਜਾ ਕੇ ਮੇਵੜੇ ਸੰਗਤ ਨੂੰ ਦੱਸ ਕੇ ਆਉਂਦੇ ਹਨ। ਅਨੁਰਾਗੀ ਸੁਣ ਹੋਏ ਚਿੱਤ ਚਾਹੇ, ਜਿਹੜੇ ਪ੍ਰੇਮੀ ਹਨ ਉਹਨਾਂ ਨੂੰ ਚਾਹ ਚੜ ਜਾਂਦਾ ਵੀ ਮਹਾਰਾਜ ਨੇ ਬੁਲਾਇਆ, ਚਲੋ ਦਰਸ਼ਨ ਕਰੀਏ। ਨੀਕੀ ਵਸਤ ਆਦ ਜੇ ਦਰਬਾ, ਜਿਹੜੀਆਂ ਸੋਹਣੀਆਂ ਸੋਹਣੀਆਂ ਵਸਤੂਆਂ ਭੇਟਾ ਕਰਨ ਲਈ ਲੈ ਕੇ ਆਏ ਹੁੰਦੇ ਨੇ ਸਿੱਖ,
ਜਿਹੜੇ ਮਾਇਆ ਧਨ ਪਦਾਰਥ ਲੈ ਕੇ ਆਏ ਹੁੰਦੇ ਨੇ, ਲੈ ਪਹੁੰਚਿਆ ਗੁਰ ਟਿਕ ਸਰਬਾ, ਉਹ ਮਹਾਰਾਜ ਕਲਗੀਧਰ ਜੀ ਕੋਲ ਲੈ ਕੇ ਪਹੁੰਚਦੇ ਨੇ, ਅਰਪ ਅਰਪ ਕਰ ਪ੍ਰਣਾਮ, ਔਰ ਆਪਣੀਆਂ ਪ੍ਰੇਮ ਭੇਟਾਵਾਂ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਅਰਪਣ ਕਰ ਕਰਕੇ ਨਮਸਕਾਰ ਪ੍ਰਣਾਮ ਮੱਥਾ ਟੇਕਦੇ ਨੇ। ਪਗ ਪੰਕਜ ਗੁਰ ਕੇ ਅਬਰਾਮ, ਗੁਰੂ ਸਾਹਿਬ ਦੇ ਚਰਨ ਕਮਲਾਂ ਨੂੰ, ਸੋਹਣੇ ਚਰਨ ਕਮਲਾਂ ਨੂੰ ਧਿਆਉਂਦੇ ਨੇ, ਮੱਥਾ ਟੇਕਦੇ ਨੇ, ਚੁੰਮਦੇ ਨੇ ਗੁਰੂ ਦੇ ਚਰਨਾਂ ਨੂੰ। ਸੁੰਦਰ ਬਦਨ ਇੰਦਰ ਮਾਨਿੰਦਰ, ਮਹਾਰਾਜ ਦਾ ਬਹੁਤ ਸੁੰਦਰ ਮੁਖੜਾ ਹੈ, ਕਹਿੰਦੇ ਜਿਵੇਂ ਇੰਦਰ ਰਾਜਾ ਬੜਾ ਸੁੰਦਰ ਮੰਨਿਆ ਗਿਆ ਨਾ, ਏਦਾਂ ਮਹਾਰਾਜ ਕਲਗੀਧਰ ਜੀ ਸੁੰਦਰਤਾ ਦੇ ਮੁਜੱਸਮੇ ਹਨ। ਵਿਕਸਿਓ ਕਦੋਂ ਭੌਰ ਅਰਬਿੰਦ, ਜਾਂ ਇੰਜ ਲੱਗਦਾ ਵੀ ਸਵੇਰ ਵੇਲੇ ਸੂਰਜ ਦੀਆਂ ਕਿਰਨਾਂ ਨਾਲ ਕਮਲ ਦਾ ਫੁੱਲ ਖਿੜਿਆ ਹੁੰਦਾ, ਏਦਾਂ ਮਹਾਰਾਜ ਦਾ ਫੁੱਲ ਖਿੜਿਆ ਰਹਿੰਦਾ ਮੱਥੇ ਦਾ। ਹਰ ਦਰਸ਼ਨ ਕੋ ਲਹਿਤ ਆਨੰਦ, ਮਹਾਰਾਜ ਦੇ ਦਰਸ਼ਨ ਕਰਕੇ ਸਭ ਸੰਗਤਾਂ ਆਨੰਦ ਮਾਣਦੀਆਂ ਨੇ। ਖਰੇ ਰਹੇ ਕੋ ਜੁਗ ਕਰ ਬੰਦ, ਜੇ ਕਈ ਹੱਥ ਜੋੜ ਕੇ ਖੜੇ ਵੀ ਰਹਿੰਦੇ ਹਨ। ਕੀਤਕ ਆਇਸ ਪਾਏ ਮੁਕੰਦ, ਕਈ ਮਹਾਰਾਜ ਦੀ ਆਗਿਆ ਪਾ ਕੇ ਬੈਠ ਜਾਂਦੇ ਨੇ ਤੇ ਕਈ ਖੜ ਕੇ ਦਰਸ਼ਨ ਕਰਦੇ ਨੇ। ਬੈਠੇ ਨਿਕਟ ਮਸੰਦ ਬਿਲੰਦ, ਬਹੁਤ ਸਾਰੇ ਮਸੰਦ ਮਹਾਰਾਜ ਦੇ ਕੋਲ ਬੈਠਦੇ ਨੇ, ਮਹਾਰਾਜ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਸੋ ਆਉਣ ਵਾਲੇ ਸਮੇਂ ਦੀਆਂ ਸਤਿਗੁਰੂ ਜੀ ਤਿਆਰੀਆਂ ਕਰ ਰਹੇ ਨੇ, ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਲ ਨਾਥ ਨਾ ਸਕੇ ਦੀਨ ਦਰਦ ਨਿਵਾਰ, ਏ ਸਮਰਾਥੇ ਗਮ ਪੂਰਨ ਮੋਏ ਮਾਇਆ ਧਾਰ, ਨਾਨਕ ਉਪ ਮਹਾ ਪਿਆਰ, ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇ ਹੁੰਦੇ ਗੁਰਬਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।